ਤਾਂ ਸਾਂਝਾ ਸਭੇ ਸਾਂਝੀ ਵਾਰਸ ਦਾਇਨ ਤੂੰ ਕਿਸੇ ਨਾ ਦਿਸੇ ਬਾਰਾ ਜੀਓ ਆਓ ਜਿੰਨੀ ਸੰਗਤ ਬੈਠੇ ਜਦੋਂ ਇਹ ਅਹਿਮਦ ਸਾਵਰੀ ਮੁਸਲਮਾਨ ਵੀਰ ਗੁਰੂ ਰਾਮਦਾਸ ਦੇ ਘਰ ਦੀ ਉਸਤਤ ਕਰਕੇ ਕੀ ਕਹਿ ਰਿਹਾ ਕਹਿੰਦਾ ਅਗਰ ਮੈਨੂੰ ਕੋਈ ਪੁੱਛ ਲਵੇ ਸੱਚ ਪੁੱਛ ਮੂਸੇ ਖੁਦਾ ਨਹੀਂ ਹੀ ਰਹਿਤਾ ਅੱਖੂ ਸ੍ਰੀ ਵਾਹਿਗੁਰੂ ਕਹਿੰਦੇ ਮੈਂ ਵੇਖ ਲਿਆ ਕਿ ਖੁਦਾ ਹੋਰ ਕਿਤੇ ਨਹੀਂ ਇਸੇ ਜਗ੍ਹਾ ਤੇ ਵਸ ਰਿਹਾ ਅੱਖੂ ਸ੍ਰੀ ਵਾਹਿਗੁਰੂ ਜਿੰਨੀਆਂ ਸੰਗਤਾਂ ਬੈਠੀਆਂ ਜੀ ਆਓ ਬੜੇ ਪਿਆਰ ਨਾਲ ਇੱਕ ਵਾਰੀ ਇਹਨਾਂ ਪੰਕਤੀਆਂ ਨੂੰ ਪੜਿਓ ਫਿਰ ਪੂਰੇ ਸਮੇਂ ਸਿਰ ਸਾਰੀ ਸਮਾਪਤੀ ਹੈ ਜੀ ਸਭੀ ਸਾਂਝੀ ਵਾਲਸ ਗੁਰੂ ਗ੍ਰੰਥ ਸਾਹਿਬ ਜੀ ਕੌਣ ਨੇ ਇੱਕ ਵਾਰੀ ਸਾਰੇ ਪੜਿਓ ਮਾਂ ਪਿਓ ਆਪ ਹੈ ਮਾਂ ਪਿਓ ਆਪ ਹੈ ਮਾਂ ਪਿਓ ਆਪ ਹੈ ਮਾਂ ਪਿਓ ਆਪ ਹੈ ਮਾਂ ਪਿਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਜਪੋ ਜੀ ਧੰਨ ਵਾਹਿਗੁਰੂ 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 ਵਾਹੇ ਕਰਦਿਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ ਸਾਰੇ ਗੱਜ ਵੱਜ ਕੇ ਸੀ ਦੇਣਾ ਫਤਿਹ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਸਰਬਜੀਤ ਸਿੰਘ ਜੀ ਬੀਬੀ ਕੌਲਾਂ ਭਲਾਈ ਕੇਂਦਰ ਵਾਲੇ ਜਿਨ੍ਹਾਂ ਨੇ ਆਪਾਂ ਨੂੰ ਬਹੁਤ ਹੀ ਰਸ ਪਿੰਨਾ ਕੀਰਤਨ ਸਰਵਣ ਕਰਵਾਇਆ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦੀਸ ਹੈ ਬਾਹਰਾ ਜੀਓ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਵੀ ਦਾਸ ਨੇ ਦੱਸਿਆ ਅੱਜ ਦਾ ਵਿਸ਼ਾ ਸਾਂਝੀ ਵਾਲਤਾ ਦਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪੁਕਾਰ ਪੁਕਾਰ ਕੇ ਸਾਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦੇ ਹਨ ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰਦੇ ਹਾਂ ਤਾਂ ਪਹਿਲਾਂ ਸ਼ਬਦਾਂ ਦੇ ਤਤਕਰੇ ਆਉਂਦੇ ਹਨ ਉਸ ਤੋਂ ਬਾਅਦ ਪਹਿਲਾ ਅੱਖਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਆਉਂਦਾ ਇੱਕ ਬਾਕੀ ਬਾਅਦ ਚੋਂ ਸ਼ਬਦ ਨੇ ਉਹ ਓਅੰਕਾਰ ਬਾਅਦ ਵਿੱਚੋਂ ਹੈ ਸਤਨਾਮ ਬਾਅਦ ਵਿੱਚੋਂ ਹੈ ਪਹਿਲਾਂ ਇੱਕ ਹੈ ਗੁਰੂ ਨਾਨਕ ਸਾਹਿਬ ਨੇ ਇੱਕ ਤੋਂ ਗੱਲ ਸ਼ੁਰੂ ਕੀਤੀ ਹੈ ਇੱਕ ਤੋਂ ਮੈਂ ਬੇਨਤੀ ਕਰਾਂਗਾ ਨਾਲ ਦੀ ਨਾਲ ਹੀ ਅਖੰਡ ਕੀਰਤਨੀ ਜਥਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ ਤੇ ਸਵਾਇਮਾਨ ਹੋਣ ਤਿਆਰੀ ਕਰਨ ਗੱਲ ਕਰ ਰਿਹਾ ਸਾਂ ਕਿ ਇੱਕ ਪਰਮਾਤਮਾ ਦੇ ਬੋਲ ਇੱਕ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਅੱਖਰ ਇੱਕ ਹੈ
ਤੇ ਇੱਕ ਦੀ ਸਾਰੀ ਪਰਿਕਰਮਾ ਬਾਣੀ ਕਰਦੀ ਹੈ। ਸਾਰੀ ਪਰਿਕਰਮਾ ਇੱਕ ਦੀ ਪਰਿਕਰਮਾ ਇੱਕ ਹੀ ਹੈ। ਸਤਿਗੁਰ ਕਹਿੰਦੇ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕੋ ਹੀ ਹੈ ਪਰਮਾਤਮਾ, ਇੱਕੋ ਹੀ ਹੈ। ਉਹਨੂੰ ਕੋਈ ਰਾਮ ਕਹਿੰਦਾ ਹੈ, ਕੋਈ ਅੱਲਾ ਕਹਿੰਦਾ ਹੈ, ਕੋਈ ਬਿਠੁਲ ਕਹਿੰਦਾ ਹੈ, ਕੋਈ ਸੋਹੰਗ ਕਹਿੰਦਾ ਹੈ, ਕੋਈ ਸਤਨਾਮ ਕਹਿੰਦਾ ਹੈ, ਕੋਈ ਵਾਹਿਗੁਰੂ ਕਹਿੰਦਾ, ਕੋਈ ਨਾਰਾਇਣ ਕਹਿੰਦਾ। ਸਾਰੇ ਦੇ ਵੱਖੋ ਵੱਖਰੇ ਨਾਮ ਨੇ ਪਰ ਹੈ ਉਹ ਇੱਕ ਹੀ। ਤਾਂ ਗੁਰੂ ਨਾਨਕ ਸਾਹਿਬ ਜੀ ਤਾਂ ਬੜੇ ਵਾਰੇ ਵਾਰੇ ਜਾਂਦੇ, ਸਤਿਗੁਰ ਕਹਿੰਦੇ ਬਲਿਹਾਰੇ ਜਾਊ ਜੇਤੇ ਤੇਰੇ ਨਾਮ ਹੈ, ਮੈਂ ਸਦਕੇ ਜਾਣਾ ਪਰਮਾਤਮਾ ਜਿੰਨੇ ਵੀ ਤੇਰੇ ਨਾਮ ਨੇ ਮੈਂ ਵਾਰੇ ਵਾਰੇ ਜਾਣਾ। ਕੋਈ ਤੈਨੂੰ ਰਾਮ ਕਰੇ ਪ੍ਰਣਾਮ ਹੈ ਉਹਨੂੰ, ਕੋਈ ਵਾਹਿਗੁਰੂ ਕਰੇ ਉਹਨੂੰ ਨਮਸਕਾਰ ਹੈ, ਕੋਈ ਸਤਨਾਮ ਕਰੇ ਉਹਨੂੰ ਨਮਸਕਾਰ ਹੈ। ਸਾਰੇ ਤੇਰੇ ਨਾਮ ਨੇ, ਸਾਰੇ ਤੇਰੇ ਨਾਮ। ਤੂੰ ਹਰ ਨਾਵਾਂ ਦੇ ਵਿੱਚ ਪੂਰਾ ਹੈ, ਹਰ ਨਾਵਾਂ ਦੇ ਵਿੱਚ ਹੈ ਤੂੰ ਇੱਕ, ਕਿਉਂਕਿ ਇੱਕੋ ਹੀ ਪਰਮਾਤਮਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅੱਲਾ, ਕੋਈ ਰਾਮ ਰਾਮ ਕਹਿੰਦਾ, ਗੁਸਾਈ ਕਹਿੰਦਾ। ਸੋ ਬੜਾ ਪਿਆਰਾ ਸੰਦੇਸ਼, ਸਾਂਝੀਵਾਲਤਾ ਦਾ ਉਪਦੇਸ਼ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਾਨੂੰ ਦਿੰਦੇ ਹਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਦੇ ਵਿੱਚ ਸਾਕਸ਼ਾਤ ਲਿਖਿਆ, ਸਤਿਗੁਰ ਫਰਮਾਨ ਕਰਦੇ ਹਨ। ਸਤਿਗੁਰ ਕਹਿੰਦੇ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਭਾਵੇਂ ਉਹ ਖੱਤਰੀ ਹੈ, ਭਾਵੇਂ ਉਹ ਬ੍ਰਾਹਮਣ ਹੈ, ਭਾਵੇਂ ਸ਼ੂਦਰ ਹੈ, ਭਾਵੇਂ ਵੈਸ਼ ਹੈ, ਸਾਰਿਆਂ ਨੂੰ ਉਪਦੇਸ਼ ਇੱਕੋ ਜਿੱਕਾ ਹੀ ਹੈ। ਕੋਈ ਵੱਖੋ ਵੱਖਰਾ ਉਪਦੇਸ਼ ਨਹੀਂ ਹੈ, ਸਭ ਨੂੰ ਇੱਕੋ ਹੀ, ਇੱਕੋ ਹੀ ਉਪਦੇਸ਼ ਮਾਨਵਤਾ ਨੂੰ ਸਾਂਝਾ। ਸੋ ਆਓ ਬੜੇ ਪਿਆਰ ਨਾਲ, ਬੜੇ ਸਤਿਕਾਰ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ 'ਤੇ ਭਾਈ ਬਿਕਰਮਜੀਤ ਸਿੰਘ ਜੀ ਗੜ੍ਹੀ ਵਾਲੇ ਜੋ ਇੱਥੇ ਆਪਣੇ ਕੋਲ ਹਾਜ਼ਰ ਹੋਏ ਨੇ, ਆਪਾਂ ਸਾਰੇ ਪਿਆਰ ਨਾਲ ਸਤਿਕਾਰ ਦੇ ਨਾਲ ਉਹਨਾਂ ਪਾਸੋਂ ਹਰੀ ਜਸ ਕੀਰਤਨ ਸਰਵਣ ਕਰਨਾ ਹੈ। ਕਿਉਂਕਿ ਮੈਂ ਪਹਿਲਾਂ ਵੀ ਦੱਸਿਆ, 15 ਅਗਸਤ ਤੋਂ ਇਹ ਸਫ਼ਰ ਸ਼ੁਰੂ ਹੋਇਆ ਹੈ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਵੱਖੋ ਵੱਖਰੇ ਇਲਾਕਿਆਂ 'ਚ ਹੁੰਦਾ ਹੋਇਆ ਅੱਜ ਇਸ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਚੀਫ ਖਾਲਸਾ ਕੌਲਵਾਨ ਵਿਖੇ ਪਹੁੰਚਿਆ। ਸੋ ਅੱਜ ਦਾ ਵਿਸ਼ਾ ਹੈ ਸਾਂਝੀਵਾਲਤਾ। ਆਓ ਬੜੇ ਪਿਆਰ ਨਾਲ, ਬੜੇ ਸਤਿਕਾਰ ਦੇ ਨਾਲ ਜਥੇ ਪਾਸੋਂ ਆਪਾਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਤੁਮਾਰਾ
सागर पार उतरी है संतो 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 सागर पार उतरी है Oh,
धर्म धर्म पखंड ज्योति
Yeah!
ਹੋਵੇ ਵਾਸਲਾ ਕੱਢ ਵਾਸ ਲਈ ਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ 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 ਜੈ ਸਾਂਝ ਕਰੀ ਜੈ ਗੁਣਹਿ ਕੇਰੀ ਛੋੜ ਅਵਣ ਚੱਲੀਐ ਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਏ ਟੰਬਰ ਆਪਣਾ ਪਿੜ ਮੱਲੀਏ ਜਿੱਥੇ ਜਾਏ ਬਹੀਏ
आवल हल्ला नूर उपाया
सरकार
ਕਾਬਲ ਅੱਲੇ ਨੂਰ ਪਾਇਆ ਕੁਦਰਤ ਕੇ ਸੰਬੰਧੇ ਕਾਬਲ ਅੱਲੇ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਮਨ ਭਲੇ ਕੋ ਮੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਭਲੇ ਕੋ ਮੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਭਲੇ ਕੋ ਮੰਦੇ ਕੌਣ ਭਲੇ ਕੌਣ ਭਲੇ ਕੋ ਮੰਦੇ ਕਾਬਲ ਅੱਲੇ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਕਾਬਲ ਅੱਲੇ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਕਾਬਲ ਅੱਲੇ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਕਾਬਲ ਅੱਲੇ ਨੂਰ ਪਾਇਆ ਕੁਦਰਤ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਸਭ ਕੋ ਆਸੈ ਤੇਰੀ ਬੈਠਾ ਸਭ ਕੋ ਆਸੈ ਤੇਰੀ ਬੈਠਾ ਸਭ ਕੋ ਸੁਹਾਵੀ ਜਿਤ ਦੁੱਧ ਸੰਭਾਲੀ
Oh,
No.
गुरमुख नाम जपै उतरै सो गल में काट काट नानक माझा। गुरमुख नाम जपै सो उतरै सो गल में काट काट नानक माझा। बहुत बहुत धन्यवाद अखंड कीर्तनी जथा श्री अमृतसर साहिब जिन्ना ने रस भिन्ना कीर्तन सुना के आपां सब संगतां नूं निहाल कीता। जे को बचन कमावे संतन का सो गुर प्रसादी तरिए। संतां दे संत पीरां दे पीर गुरुआं दे गुरु जुगो जुग अटल धन धन श्री गुरु ग्रंथ साहिब जी महाराज जी जिन्हां दा बचन कोई कमा लवे ते तर जांदा है। बचन कमा लवे किनका एक जिस जीए बसावे ताकि महिमा गनी ना आवे। एक किनका कोई वसा लवे सही वो तर जांदा है। ये जीवन जुगत समागम जिदी लड़ी आपां लगातार सरवण करदे आं संगती रूप विच जो कि साहिब श्री गुरु ग्रंथ साहिब जी महाराज जी दे पहले प्रकाश दिहाड़े नूं समर्पित शब्द कीर्तन नाम सिमरन सत्संग वालों अते श्रोमणी गुरुद्वारा प्रबंधक कमेटी मैनेजर श्री दरबार साहिब दे सहयोग वालों अते समूह सिंह साहिबावां नाल समूह संगत दे सहयोग दे नाल लगातार इह समागम मनाया जा रहा है। इह समागम आपां घर विच बैठ के भी देख सकते हैं क्योंकि फास्टवेव चैनल तो 132 नंबर चैनल से रोजाना यदि रिकॉर्डिंग 8 बजे शाम को दिखाई जाती है। ये भी आपां लाहा लै सकते हैं। सो बड़े प्यार ना बड़े सत्कार ना आपां कीर्तन सरवण किया है। मैं इस तो बाद आपां जिथे कीर्तन रूप के सारे सरवण कर रहे सां उत्थे आपां शब्द विचार के रूप के भी गुरु की महिमा सरवण करनी है। मैं बेनती करांगा पहला ज्ञानी सुखजीत सिंह जी दे बेनती करन तो पहला मैं भाई सरदार धर्मवीर सिंह जी होना बेनती करांगा कि वो इत्थे आके दो मिनट वास्ते इत्थे जरूर अपनी हाजरी लवाउण। जिन्हों का बड़ा प्यारा सहयोग है निघा सहयोग है उन्होंने दो मिनट वास्ते आप जी संगतां दे चरण परसन वास्ते बेनती करांगा जी। वाहिगुरु जी का खालसा वाहिगुरु जी की फतेह। साहिब श्री गुरु ग्रंथ साहब महाराज की पवित्र गोद का आनंद मान रही गुरु रूप साध संगत आओ फतेह सांझी करिए। वाहेगुरु जी का खालसा वाहेगुरु जी की फतेह। साहिब श्री गुरु ग्रंथ साहब जी के पहले प्रकाश दिवस के संबंध में जीवन जुगत समागम 2021 गुरुद्वारा कलगीधर साहब चीफ खालसा दीवान विखे जो आयोजित किया जा रहा है वो शब्द कीर्तन नाम सिमरन सत्संग सोसाइटी के सारे ही वीर जिन्होंने ये मौका बख्शिया चीफ खालसा दीवान नूं अते गुरुद्वारा साहब विखे अज का प्रोग्राम आयोजित किया। सब तो पहला उन्हों का बहुत बहुत धन्यवाद। मैनू संस्था वालों ये हुक्म सीगा कि तुसीं अनाउंसमेंट करो कि जो चीफ खालसा दीवान दी बहुत वड्डी देन है इस संस्था दी उन्हां नाल संबंधित साडे सकत्तर साहब ऑनररी सकत्तर सरदार सुरेंद्र सिंह जी कथू नंगल साहब जो फॉर्मर MLA हन वो विशेष तौर ते अज दे कीर्तन समागम च आए हैं। उन्होंने संस्था वालों सरोपाओ की बख्शिश जो है वह दरबार साहब वालों की जाएगी। उन्होंने बेनती है कि सकत्तर साहब आके संस्था वालों जो सरोपाओ है वो आके लैन जी। सरदार सुरेंद्र सिंह जी कथू नंगल साहब।
ਆਨਰਰੀ ਸਕੱਤਰ ਚੀਫ ਖਾਲਸਾ ਦੀਵਾਨ ਮੈਨੇਜਰ ਸ੍ਰੀ ਦਰਬਾਰ ਸਾਹਿਬ ਉਹਨਾਂ ਨੂੰ ਬੇਨਤੀ ਹੈ ਸਰਦਾਰ ਸੁਖਰਾਜ ਸਿੰਘ ਜੀ ਬਹੁਤ ਵੱਡੀ ਇਹਨਾਂ ਦੀ ਦੇਣ ਹੈ ਮੈਨੇਜਰ ਸਾਹਿਬ ਜੋ ਸਰੂਪਾਓ ਹੈ ਉਸ ਦੀ ਬਖਸ਼ਿਸ਼ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਕਰਨਗੇ ਇਹਨਾਂ ਉਪਰੰਤ ਸਾਡੇ ਬਹੁਤ ਹੀ ਸਤਿਕਾਰਿਤ ਆਨਰਰੀ ਸਕੱਤਰ ਸਰਦਾਰ ਅਜੀਤ ਸਿੰਘ ਜੀ ਬਸਰਾ ਜਿਨ੍ਹਾਂ ਨੇ ਬਹੁਤ ਐਫਰਟਸ ਕੀਤੀਆਂ ਲਗਾਤਾਰ ਸਾਨੂੰ ਇੰਸਟਰਕਸ਼ਨਸ ਦਿੱਤੀਆਂ ਕਿ ਅੱਜ ਦੇ ਪ੍ਰੋਗਰਾਮ ਨੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਸਰਾ ਸਾਹਿਬ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਆ ਜਾਣ ਚੀਫ ਖਾਲਸਾ ਦੀਵਾਨ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਸੂਬਾ ਸਿੰਘ ਜੀ ਜੋ ਸੰਸਥਾ ਦੇ ਨਾਲ ਹੀ ਜੁੜੇ ਨੇ ਉਹਨਾਂ ਨੂੰ ਵੀ ਜੋ ਇੱਕ ਸਰੂਪਾਉ ਦੀ ਬਖਸ਼ਿਸ਼ ਦਿੱਤੀ ਜਾਏਗੀ ਉਸ ਉਪਰੰਤ ਸਾਡੇ ਮੈਂਬਰ ਇੰਚਾਰਜ ਸਰਦਾਰ ਜਸਪਾਲ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਆ ਕੇ ਸਰੂਪਾਉ ਦੀ ਬਖਸ਼ਿਸ਼ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਪ੍ਰਾਪਤ ਕਰਨ ਜੀ ਭਾਜੀ ਜਸਪਾਲ ਸਿੰਘ ਜੀ ਸੰਸਥਾ ਦੇ ਮੁਖੀ ਸਰਦਾਰ ਨਿਰਮਲ ਸਿੰਘ ਜੀ ਜੋ ਹਰ ਪ੍ਰੋਗਰਾਮ ਵਿੱਚ ਪਿੱਛੇ ਹਾਜ਼ਰ ਹੁੰਦੇ ਸਨ ਅੱਜ ਉਹਨਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਨਹੀਂ ਆਏ ਮੈਂ ਆਪਣੇ ਵੀਰ ਸੁਖਜਿੰਦਰ ਸਿੰਘ ਜੀ ਪ੍ਰਿੰਸ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਪ੍ਰਧਾਨ ਜੀ ਦਾ ਮਾਨ ਸਨਮਾਨ ਸਰੂਪਾਓ ਗੁਰਦੁਆਰਾ ਸਾਹਿਬ ਵੱਲੋਂ ਜੋ ਹੈ ਆ ਕੇ ਪ੍ਰਾਪਤ ਕਰਨ ਸੁਖਜਿੰਦਰ ਸਿੰਘ ਜੀ ਪ੍ਰਿੰਸ ਸਾਡੇ ਗੁਰਦੁਆਰਾ ਸਾਹਿਬ ਦੇ ਮੈਂਬਰ ਇੰਚਾਰਜ ਸਾਹਿਬ ਸਰਦਾਰ ਤਜਿੰਦਰ ਸਿੰਘ ਜੀ ਸਰਦਾਰ ਪਗੜੀ ਹਾਊਸ ਵਾਲੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਆ ਕੇ ਉਹ ਸਰੂਪਾਓ ਦੀ ਬਖਸ਼ਿਸ਼ ਪ੍ਰਾਪਤ ਕਰਨ ਸਰਦਾਰ ਤਰਿੰਦਰ ਸਿੰਘ ਜੀ ਸਰਦਾਰ ਪਗੜੀ ਹਾਊਸ ਵਾਲੇ ਬੋਲੇ ਸੋ ਨਿਹਾਲ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਧਰਮਵੀਰ ਸਿੰਘ ਜੀ ਜੋ ਕਿ ਇੱਥੋਂ ਦੇ ਡਾਕਟਰ ਸਾਹਿਬ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਆ ਕੇ ਗੁਰੂ ਘਰ ਦੀਆਂ ਅਸੀਸਾਂ ਪ੍ਰਾਪਤ ਕਰਨ ਸਰਦਾਰ ਧਰਮਜੀਤ ਸਿੰਘ ਸੋ ਨਿਹਾਲ ਭਾਜੀ ਤੁਸੀਂ ਪਲੀਜ਼ ਅੱਗੇ ਆਓ ਮੇਰੇ ਤੁਹਾਡੇ ਬਿਨਾ ਤਾਂ ਫਿਰ ਚੱਲ ਨਹੀਂ ਨਹੀਂ ਇੱਥੇ ਰਹੋ ਮੇਰੇ ਮੈਂ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਇੱਥੋਂ ਦੀ ਮੈਨੇਜਮੈਂਟ ਇੱਥੋਂ ਦੀ ਸੰਸਥਾ ਦਾ ਕਿਉਂਕਿ ਕੁਝ ਬਜ਼ੁਰਗ ਸਨ ਕਈਆਂ ਦੀ ਸਿਹਤ ਸਹੀ ਨਹੀਂ ਸੀ ਇਸ ਕਰਕੇ ਸਾਨੂੰ ਵਿੱਚ ਸਨਮਾਨ ਸਮਾਰੋਹ ਰੱਖਣਾ ਪਿਆ ਹੁਣ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਬੇਨਤੀ ਕਰਾਂਗਾ ਜਿੱਥੇ ਆਪਾਂ ਸ਼ਬਦ ਕੀਰਤਨ ਦੇ ਨਾਲ ਗੁਰੂ ਦੀ ਮਹਿਮਾ ਸੁਣ ਰਹੇ ਸੀ ਸਾਂਝੀ ਵਾਲਤਾ ਦਾ ਸੰਦੇਸ਼ ਸੁਣ ਰਹੇ ਸਾਂ ਉੱਥੇ ਆਪਾਂ ਕਥਾ ਵਿਚਾਰਾਂ ਦੇ ਨਾਲ ਆਪਾਂ ਇਸ ਸ਼ਬਦ ਨੂੰ ਸਰਵਣ ਗ੍ਰਹਿਣ ਕਰਨਾ ਹੈ ਜੀ ਹੁਣ ਆਪ ਜੀ ਦੇ ਸਾਹਮਣੇ ਗਿਆਨੀ ਸੁਖਜੀਤ ਸਿੰਘ ਜੀ ਜੋ ਆਪ ਜੀ ਨੂੰ ਕਪੂਰਥਲਾ ਗੁਰਮਤਿ ਵਿਚਾਰਾਂ ਦੇ ਨਾਲ ਜੁੜਨਗੇ ਆਪਾਂ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਇਹ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਉਣੀ ਹੈ ਇਸ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਜੀ ਉਹ ਵੀ ਆਪ ਜੀ ਪਾਸ ਪਹੁੰਚ ਰਹੇ ਹਨ ਬੜਾ ਰਸ ਭਿੰਨਾ ਕੀਰਤਨ ਕਰਦੇ ਹਨ ਉਹਨਾਂ ਦਾ ਵੀ ਆਪਾਂ ਕੀਰਤਨ ਸਰਵਣ ਕਰਨਾ ਹੈ ਇਹ ਸਾਰਾ ਪ੍ਰਸਾਰਣ ਲਾਈਵ ਆਪਾਂ ਫਾਸਟਵੇ ਚੈਨਲ 'ਤੇ ਆਪਾਂ ਵੇਖ ਸਕਦੇ ਹਾਂ ਜਿਹਦੀ ਰਿਕਾਰਡਿੰਗ 132 ਨੰਬਰ ਚੈਨਲ 'ਤੇ ਚੱਲ ਰਹੀ ਹੈ ਸ਼ਾਮ ਨੂੰ 8 ਵਜੇ ਇਹਦਾ ਲਾਹਾ ਆਪਾਂ ਸਾਰੇ ਪ੍ਰਾਪਤ ਕਰ ਸਕਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਨਾਰਾਇਣ ਨਰਪਤ ਨਮਸਕਾਰ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਤਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਤਾਰੈ ਪਰਮ ਸਨਮਾਨ ਜੋ ਪਰਮ ਸਤਿਕਾਰ ਜੋ ਚਵਰ ਤਖਤ ਦੇ ਮਾਲਕ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਪਾਵਨ ਆਤਮਕ ਸਰੂਪ ਸਤਿਗੁਰੂ ਸਦੀਵੀ ਤੌਰ ਤੇ ਗੁਰਤਾ ਗੱਦੀ ਤੇ ਸੁਭਾਏਵਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰੂ ਚਰਨਾਂ 'ਚ ਜੁੜ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਯਤਨ ਕਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਆਓ ਗੁਰਮਤਿ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਕਰੀਏ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵੱਲ ਸੀ ਚੁਕਾ ਕੇ ਅਦਬ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਿੱਖ ਹਾਂ, ਆਪਾਂ ਸਿੱਖ ਹਾਂ ਦਸ ਗੁਰੂ ਸਾਹਿਬਾਨ ਜੀ ਦੇ, ਆਪਾਂ ਸਿੱਖ ਹਾਂ ਦਸ ਗੁਰੂ ਸਾਹਿਬਾਨ ਦੀ ਆਤਮਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਬੇਨਤੀ ਕਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 'ਚ ਬਾਰ ਬਾਰ ਸਿੱਖ ਸ਼ਬਦ ਦੀ ਵਰਤੋਂ ਮਿਲੇਗੀ, ਪਰ ਸਿੱਖ ਸ਼ਬਦ ਦੇ ਨਾਲ ਮੈਂ ਬੇਨਤੀ ਕਰਾਂ, ਸਿੱਖ ਸ਼ਬਦ ਦਾ ਅਰਥ ਹੁੰਦਾ ਸਿੱਖਿਆਰਥੀ, ਸਿੱਖਣ ਵਾਲਾ। ਜੀਵਨ ਦੇ ਪਹਿਲੇ ਸਵਾਸ ਤੋਂ ਲੈ ਕੇ ਜੀਵਨ ਦੇ ਆਖਰੀ ਸਵਾਸ ਤੱਕ ਸਿੱਖਣ ਵਾਲਾ। ਪਰ ਸਤਿਗੁਰੂ ਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਅੰਦਰ ਇਸ ਸਿੱਖ ਸ਼ਬਦ ਦੇ ਨਾਲ ਇੱਕ ਅਗੇਤਰ ਲਾ ਕੇ ਇਹਨੂੰ ਹੋਰ ਸਪਸ਼ਟ ਕਰ ਦਿੱਤਾ। ਜਿੱਥੇ ਸਿੱਖ ਸ਼ਬਦ ਦੀ ਵਰਤੋਂ ਹੈ ਨਾ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਗੁਰਸਿੱਖ ਸ਼ਬਦ ਦੀ ਵਰਤੋਂ ਹੈ। ਹੁਣ ਸਿੱਖ ਦਾ ਸ਼ਬਦ ਦਾ ਅਰਥ ਹੈ ਸਿੱਖਣ ਵਾਲਾ, ਤੇ ਗੁਰਸਿੱਖ ਸ਼ਬਦ ਦਾ ਅਰਥ ਹੋ ਗਿਆ ਗੁਰੂ ਕੋਲੋਂ ਸਿੱਖਣ ਵਾਲਾ। ਗੁਰਸਿੱਖ ਦਾ ਅਰਥ ਹੈ ਗੁਰੂ ਕੋਲੋਂ ਸਿੱਖਣ ਵਾਲਾ। ਤੇ ਇੱਕ ਗੱਲ ਯਾਦ ਰੱਖੀ ਸਿੱਖਾ, ਤੇਰੇ ਸਿੱਖ ਸ਼ਬਦ ਦੇ ਨਾਲ ਗੁਰ ਸ਼ਬਦ ਗੁਰੂ ਨੇ ਪਹਿਲਾਂ ਜੋੜਿਆ ਹੈ। ਤੂੰ ਹਮੇਸ਼ਾ ਗੁਰੂ ਨੇ ਅੱਗੇ ਰਹਿਣਾ, ਤੂੰ ਗੁਰੂ ਦੇ ਪਿੱਛੇ ਰਹਿਣਾ, ਗੁਰੂ ਦੇ ਹਮੇਸ਼ਾ ਤੂੰ ਪਿੱਛੇ ਚੱਲਣਾ ਹੈ। ਤੇ ਜੋ ਵੀ ਸਿੱਖਣਾ ਹੈ ਨਾ ਗੁਰੂ ਕੋਲੋਂ ਸਿੱਖਣਾ ਹੈ। ਤੇ ਇਹਦੇ ਵਿੱਚ ਭੁਲੇਖਾ ਕੋਈ ਨਹੀਂ, ਗੁਰੂ ਕੌਣ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਭੁਲੇਖਾ ਕੋਈ ਨਹੀਂ ਹੈ। ਮੈਂ ਬੇਨਤੀ ਕਰਾਂ ਭੁਲੇਖੇ ਨਾਮ ਦੀ ਕੋਈ ਚੀਜ਼ ਨਹੀਂ ਹੈ। ਮੇਰੇ ਗੁਰੂ ਨਾਨਕ ਪਿਤਾ ਨੇ ਸਪਸ਼ਟ ਕਰ ਦਿੱਤਾ ਸੀ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੋਂ ਚੇਲਾ। ਸ਼ਬਦ ਨੂੰ ਗੁਰੂ ਦੀ ਬਾਤ ਗੁਰੂ ਨਾਨਕ ਤੋਂ ਆਰੰਭ ਹੋ ਗਈ। ਤੇ ਆਪਾਂ ਜਿਸ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ, ਮੈਂ ਉਹਦੀ ਕੁਝ ਵਿਸ਼ੇਸ਼ਤਾ ਕਹਿਣਾ ਚਾਹੁੰਦਾ। ਦੁਨੀਆਂ ਦੇ ਵਿੱਚ ਅਨੇਕਾਂ ਧਰਮ ਨੇ, ਹਰ ਧਰਮ ਦੇ ਆਪਣੇ ਆਪਣੇ ਧਾਰਮਿਕ ਰਹਿਬਰ ਨੇ, ਹਰ ਧਰਮ ਦੇ ਆਪਣੇ ਆਪਣੇ ਧਾਰਮਿਕ ਗ੍ਰੰਥ ਨੇ।
बेनती करा मुबारक ने सारे धर्म अपनी अपनी जगह दे उत्ते, धर्म ग्रंथ भी मुबारक ने, धार्मिक रहबर भी अपनी अपनी जगह ते मुबारक ने, पर इन्हां धर्म धर्मां दी दुनिया विच बेनती करदा जावां जिहड़ा दर्जा गुरु ग्रंथ साहिब जी नूं प्राप्त है ना किसी होर धर्म ग्रंथ के हिस्से विच नहीं आया। दुनिया के किसी धर्म का प्रकाश दिहाड़ा नहीं मनाया जाता, जे प्रकाश दिहाड़ा मनाया जाता है तो केवल गुरु ग्रंथ साहिब जी का प्रकाश दिहाड़ा मनाया जाता है। दुनिया के किसी धर्म ग्रंथ का गुरतागद्दी दिहाड़ा नहीं मनाया जाता, जे गुरतागद्दी दिहाड़ा मनाया जाता है तो केवल धन धन श्री गुरु ग्रंथ साहिब जी का मनाया जाता है। एक होर बेनती करदा वां, श्री गुरु ग्रंथ साहिब जी की कितनी महान विशेषता है। विद्वानों ने लिखा है असी आप गुरु साहिबान के ज्योति जोत दिहाड़ा मनाउंदे आ, ज्योति जोत गुरपुर मनाउंदे आ आपां दस दस गुरु साहिबान जी दे, पर दस गुरु साहिबान के ज्योति जोत गुरपुर मनाए जाते हैं, किड्डी महानता है साढ़े कोल के गुरु ग्रंथ साहिब जी का कभी ज्योति जोत दिहाड़ा नहीं मनाया जाएगा। गुरु ग्रंथ साहिब जी का कभी ज्योति जोत दिहाड़ा नहीं मनाया जाएगा। असी संसार च नहीं सी आए, ये सतगुरु उदों भी मौजूद ने, असी संसार च हाँ ये सतगुरु तां भी मौजूद ने, असी संसार तो चले जाना है इस गुरु ने फिर भी मौजूद रहना है। तो मैं बेनती करता जाव एडे महान सतगुरु का प्रकाश दिहाड़ा मनाने लिए जुड़ बैठे हैं, तो मैं बेनती कर दिया कि गुरु ग्रंथ साहिब का प्रकाश दिहाड़ा मना असी गुरबाणी का कोई कीर्तन करता है, कोई सुन ली आउंदा है, कोई कर कीर्तन करन ली आउंदा है, कोई कीर्तन सुन ली आउंदा है, कोई गुरमत विचारां करन नूं आउंदा है, कोई गुरमत विचारां सुन ली आउंदा है, पर आपां गुरु ग्रंथ साहिब जी नूं पुछ लईए सतगुरु जी तुहाडे दर ते आउण वाले कोई गुरबाणी गाउण लई आए, कोई गुरबाणी सरवण करन नूं आए, कोई गुरबाणी दी विचार करन नूं आए, कोई गुरबाणी दी विचार सरवण करन नूं आए, दसो तुहाडे दर ते प्रवान कौण होवेगा, तुहाडे दर ते प्रवान कौण होवेगा। ते गुरु रामदास पिता जवाब देंदे ने, कहिंदे सेवक सिख पूजन सब आवै, सब गावे हर हर उत्तम बाणी, गावया सुनिया तिनका हर थाए पावै, जिन सतगुर की आग्या सत सत करमाणी। इत्थे गावया ते सुनिया प्रवान ओहदा होना है जिन्हें गुरु दे हुक्म नूं मन लैना है। मैं बेनती करदा जावां मत्था टेकना मुबारक है, गुरु दे दर दी हाजरी भरना मुबारक है, पर प्रवानगी गुरु रामदास पातशाह कहिंदे ने उन्हूं मिलनी है जिन्हें नाल गुरु दे हुक्म दी पालना करनी है, क्योंकि तन मन धन सब सौंप गुर कौ हुक्म मन्निया पाई है। गल ते हुक्म मन्नण ते खड़ी होनी है। ते मैं बेनती करदा जावां जिहड़ा दास नूं अज विशा अलाट होया ना गुरबाणी विच सांझी वालता दा उपदेश, हुण मैं गल उस विषय ते नाल जिथे गुरबाणी में सांझी वालता के उपदेश की गल करनी है ना, मैं नाल दी नाल जतन करना है कि अज असी सिख समाज सिख अखवाउण वाले एक सांझी वालता के उपदेश नूं किन्ना कु मनदे पए, क्योंकि बंदे खोज दिल हर रोज, बंदे खोज दिल हर रोज ना फिर परेशानी माहे। ते बेनती करा गुरु घर आउण दा मकसद, एक गुरपुर मनाउण दा मकसद, एक इतिहासिक दिहाड़े मनाउण दा मकसद की है। एक विद्वान लिखता है कहिंदा जिनका दिन मनाते हो उनका अर्शनाद भी समझो, अर्शनाद अर्थ है रब्बी पैगाम, कहिंदा जिनका दिन मनाते हो उनका अर्शनाद भी समझो, जिनका दिन मनाते हो जरा उनकी बात भी समझो। कोई बात समझिए ना गुरु ग्रंथ साहिब की पावन बाणी उपदेश की कर दी है, तो मैं की करता पिया जरा अपने अंदर चाती मारीे। मैं माफ करना, मैं कह देवा तो कोई गलत नहीं है, गुरपुरबा मनाउन का असल मकसद यही है। मैं अपने अंदर झाती मार के वेखन का स्वय पड़चोल करके वेखा गुरु का उपदेश की है, तो मैं कितने खड़ा है, गुरुद्वारे आने का मकसद की सी, गुरु द्वारे हुए सोझी पाए सी, गुरु के द्वारे तो सोझी लैन आना है गुरमत की सोझी। मैं अपने आप की पड़चोल करके वेखा मेरे अंदर मनमत कितनी है, गुरमत कितनी है, ते मैं जतन करा अपने मन दे विच्चों मन की मत नूं घटा के गुरु की मत नूं ग्रहण करन दा जतन करा, यह गुरपुरब मनाउणा सफल होवेगा। ते दस बेनती करे गुरबाणी में सांझी वालता दे उपदेश की गल करदे होया मैं बेनती कर रहा, सानू एक गुरु नानक दे घर विच सांझी वालते की गल दा उपदेश क्यों दिता गया, ये पिछोकड़ में जाना पवेगा। गुरु नानक साहब जदों संसार से आए
गुरु नानक साहब जदों संसार ते आए इस संसार की हालत की सी। मैं केवल गुरबाणी के प्रमाण देने का यतन करांगा, अर्थ नहीं करांगा, समय के अंदर रहिंदा होया। गुरु नानक साहब कहिंदे उस समय के राजनीतिक हालात की सन, धार्मिक हालात की सन, समाजिक हालात की सन। उस समय के कहिंदे राजे शीम मुकदम कुत्ते, जाए जगायन बैठे सुते, चाकर नहंदा पायन खाओ, रत पित कुत हो चट जाओ। उस समय के हालात की सन, कल काती राजे कसाई, धर्म पंख कर उड़ रहा है। कहिंदे धर्म खंभ ला के उड़ चुका सी। हुण बेनती करां जो इतिहासक तौर पर वेखिए तो धर्म भी बहुत सन, धार्मिक रहबर भी बहुत सन, धार्मिक ग्रंथ भी बहुत सन, पर गुरु नानक कहिंदे ने धर्म पंख कर उड़ रहा, धर्म खंभ ला के उड़ गया। तो धर्म खंभ ला के उड़न का अर्थ की है? क्यों गुरु नानक ने लिख दिता कि कल काती राजे कसाई धर्म पंख कर उड़ रहा? मैं बेनती करा धर्म पंख कर उड़ रहा तो भाव है, मैं अपने ते ला के गल करा, मेरे वर्गे ने पांच ककारां दा बाणा भी धारण किया हो, साब सूरत भी हो, पर सिखी का गुणी मेरे जीवन में कोई ना हो, बेनती करा यह धर्म पंख कर उड़ रहा हों? जे मेरे जीवन में सिखी के गुण नहीं ना, यह धर्म पंख कर उड़ रहा मेरे से भी लागू हों? ये मत के सोचिए कि दूसरों से गुरु नानक ने गल करते, गुरु नानक साढ़े से पहलों गल करते हैं। सानू अपने अंदर झाती मारीे कि मेरे जीवन चो धर्म खंभ ला के तो नहीं उड़िया पाया। कहिंदे कल काती राजे कसाई धर्म पंख कर उड़ रहा, कूड़ अमाव सच चंद्रमा दिसे ना ही कह चढ़िया। अज तो असी कहने, मैं बेनती करा वख वख धर्मां दी दुनिया में विचरण वाले, अज हिंदू कहिंदा मेरा धर्म चंगा, मुसलमान कहिंदा मेरा धर्म चंगा, ईसाई कहिंदा मेरा धर्म चंगा, ते माफ करना सिख भी पिछे नहीं जे, सिख भी कहिंदा मेरा धर्म चंगा। पर गुरु ग्रंथ साहिब जी नूं ते पुछ लईए, सतगुरु जीओ तुसीं दसो सारिआं तों धर्म चंगा किहड़ा है? ते आपां पढ़ी रोज जाने सुखमणी की बाणी च गुरु अर्जन साहब का वचन, जरा विचार के वेखण की लोड़ है धर्म चंगा किहड़ा हुंदा है। सर्व धर्म है श्रेष्ठ धर्म, हर को नाम जप निर्मल कर्म। जिथे परमेश्वर का नाम जपिया कर्म निर्मल हो जावन, परमेश्वर नाल जुड़ के नर कर्म निर्मल हो जावन, कर्मां विच निर्मलता आ जावे, वह धर्म चंगा है। मैं बेनती करा मेरे गुरु नानक के घर ने किसे धर्म का विरोध नहीं किया। गुरु ग्रंथ साहिब की पावन बाणी च सांझी वालता की गल करिए ना, किसे धर्म का विरोध नहीं है उथे, ते किसे धर्म ग्रंथ का विरोध नहीं है उथे, ते आख्या गया वेद कतेब कहो मत झूठे। ये धर्म ग्रंथ झूठे नहीं, वेद कतेब कहो मत झूठे, झूठा जो ना विचार है, जिहड़ा इन्हां दी सही विचार नहीं करता, जिहड़ा इन्हां धर्म ग्रंथां दा सही प्रचार नहीं करता ना, वह झूठा है। धर्म ग्रंथ झूठे नहीं। वेदा मैं नाम उत्तम, गुरु अमरदास कहिंदे वेदा मैं नाम उत्तम सो सुने नाहीं फिरे ज्यों बेतालिया। धर्म ग्रंथां में सच्चे नाम की विचार है, जिहड़ा उस सच्चे नाम की विचार नाल नहीं जुड़ता कर्म कांडा में जुड़ जांदा है। कहिंदे बेतालियां दी तरह इस संसार विच घूमदा फिरदा है, बेताला हो जांदा है, अपनी ताल तो कुछ जांदा है। ते मेरे गुरु नानक जदों इस संसार ते आए ना, ते गुरु नानक साहिब ने उस समय के हालात की धार्मिक आगुआं दा किरदार लिखिया, उस समय के धार्मिक आगुआं दा किरदार जिन्हां ने मनुखता नूं सांझी वालता दा उपदेश पढ़ाउणा सी ना, वो धार्मिक आगू किद्दां अपने मार्ग तों भटके पए सन? कहिंदे कादी कूड़ बोल मल खाए, ब्राह्मण नहावै जीआं खाए, जोगी जुगत ना जाने अंध, तीने उजाड़े का बंद। सांझी वालता देनी सी धर्मां ने, पर बेनती करा यह धर्मां दे नाम उत्ते लोकां नूं लड़ा दिता गया, लोकां नूं बखरेवें खड़े कर दिते गए। हुण विचारन दी लोड़ा, बेनती करदा जावां गुरु नानक साहिब दे समय सांझी वालता कित्थों शुरू होई। मैं एक उदाहरण देनी गल करनी चाहुंदा, सिख धर्म नूं गुरमत नूं जानना होवे ना, साडे कोल दो सोमे ने। गुरमत नूं जानना होवे साडे कोल दो सोमे ने, गुरबाणी नूं गुरमत नूं जानन दे। उहदे चों पहला मुख सोमा है गुरु ग्रंथ साहिब जी दी पावन बाणी, ते दूसरा सोमा है सिख इतिहास। गुरबाणी अते इतिहास दोवां दे, मैं बेनती करा गुरमत नूं समझना होवे ना, इकली गुरबाणी विचों पूर्ण रूप विच जानिया जा सकेगा, ना इकले इतिहास विचों गुरमत नूं पूर्ण रूप विच समझिया जा सकेगा। जे गुरमत नूं जानना है, गुरु नानक दी विचारधारा नूं जानना है, सानूं गुरबाणी ते इतिहास दे सही सुमेल विचों समझना पवेगा, गुरबाणी अते इतिहास दे सही सुमेल विचों समझना पवेगा। ते मेरे गुरु नानक ने जिहड़े सिधांत दित्ते ना,
बेनती करा उन्हूं मेरे गुरु नानक ने थोड़ी आख्या कि केवल सिख ही मेरे इस गुरबाणी के उपदेश जीवन में लागू करे तो उसका भला होगा। गुरु नानक ने तो आख्या जिहड़ा गा मैं उपदेश दे रहा सांझी वालता दा ये दुनिया का किसी भी धर्म नूं मनन वाला मनुख अपने जीवन में धारण करके वेख लवे उसका भला हो जाएगा। किसी भी धर्म नूं मनन वाला मनुख ये गुण जीवन में धारण कर लवे। मैं हुण गुरबाणी के इतिहास के समेल विचों कुछ उदाहरण देनियां चाहुंदा। मेरे गुरु नानक पातशाह लगभग 10 साल की शरीर कारजा हुई सी ते मेरे गुरु नानक पिता नूं जनेऊ पाउण लगे ने। सनातन मत की मर्यादा अनुसार गुरु नानक साहब जी का जनेऊ संस्कार होन लगा है। हुण गुरु नानक साहब के गल में जदों जनेऊ पाउण लगे ना ते मेरे गुरु नानक पिता का जो पंडित हरदयाल नूं सवाल सी, पंडित हरदयाल जी ये तुसीं मेरे गल में जनेऊ क्यों पाउण लगे हो? कहिंदे जी हिंदू इस जनेऊ नूं पा के हिंदू बन जाईदा है, पक्के हिंदू बनीदा है। ते मेरे गुरु नानक दे पिता दा अगों जवाब सी, तर्क की सी, कहन लगे जे ये जनेऊ नूं धारण कीत्या हिंदू बनदा है ते मेरे तो 5 साल वड्डी भैण बीबे नानकी दे गल विच क्यों नहीं? फिर मेरे तो वड्डी भैण 5 साल वड्डी भैण बीबे नानकी दे गल विच क्यों नहीं? हुण वेख्यो बेनती करा मेरे गुरु नानक ने आवाज उठाई, इथों आवाज उठाई, स्त्री ते मर्द की बराबरता की आवाज इथों शुरुआत की मेरे गुरु नानक ने। सो क्यों मंदा आखी है जित जम्मे राजान, इतिहासक तौर पर इस गल तो आरंभता कर दी मेरे गुरु नानक ने बराबरता की सांझी वालता की। जिहड़ा हुण जनेऊ पाउण की गल मेरे गुरु नानक ने की ना ये जनेऊ तो कोई भी पा सकता है। दया कपा संतोख सूत जत गंढी सत वट, ए जनेऊ जी का है तां पांडे घट, ना ए टुटे ना मल लगे ना ए जले ना जाए, धन सो मानस नानका जो गल चले पाए। ये केवल सिख थोड़ी है, दुनिया का कोई धर्म नूं मनन वाला कोई मनुख किसे दुनिया के इलाके विच रहन वाला मनुख ये शुभ गुणा रूपी जनेऊ धारण करके वेख लवे उहदा भला हो जाएगा। हुण बेनती करां सांझी वालता की गल मेरे गुरु नानक ने आखी ते भाई कान सिंह नाभा लिखते ने, भाई कान सिंह नाभा के महान कोच लिखिया है कि गुरु नानक साहब जी का सब तो पहला सिख बन का माण बेबे नानकी के हिस्से में है। पहला सिख मेरे गुरु नानक का बेबे नानकी। सांझी वालता की गल मैं बेनती करा जाव इतने दूसरे पासे जरा आले दुआले झाती मार के वेखिए, कई ने कह दिता इसतरी कुदरत की मजेदार गलती है। किसी ने आख्या इसतरी में रूह ही नहीं होंगी, पर मेरे गुरु नानक ने आख्या नहीं ये बराबरता की गल है। सो क्यों मंदा आखी है जित जमे राजान। ते मेरे गुरु नानक देव पातशाह ने अपने प्रचार दौरिया का उदासिया का साथी किसू बनाया? बार बार गुरु नानक से सवाल होया। मैं गल कर रहा गुरु नानक सांझी वालता की गल का मुजस्मा ने गुरु नानक, गुरु नानक ने ऐसे पूरने पाए सांझी वालता दे जिन्हों गुरबाणी में भी प्रोड़तात कर दी गई। मैं बेनती करा गुरु नानक जी नूं बार बार सवाल किया गया और तुहाडा साथी कौन है? हुण सवाल करन वालियां दा इशारा भाई मरदाना जी की छोटी जात वल सी। सवाल करन वालियां दा इशारा भाई मरदाना जी की छोटी जात वल सी, मरासी जात वल सी। पर बलहार जाइए मेरे गुरु नानक तो जदों भी पूछा गया ना तुहाडा साथी कौन है तो मेरे गुरु नानक का जवाब सी मेरा भाई है, ये मेरा भाई है। हुण ये सांझी वालता की गल नहीं है, मेरे गुरु नानक पातशाह ने सांझी वालता अपने साथी तो नाल भी सांझी वालता तो शुरुआत की। हुण एक विचार होर मैं बेनती करा सांझी वालता दीआं गल्लां उपदेश देण वाले 15 भगतां दी बाणी नूं गुरु नानक साहब जी ने अपनियां उदासियां दे दौरान एकत्र किया सांझी वालता दी। क्योंकि भगत कबीर जी नूं पढ़िए अवल अल्लाह नूर उपाया, कुदरत के सब बंदे एक नूर ते सब जग उपजिया, कौन भले को मंदे लोगा भरम न भूलो पाई, खालक खलक खलक मैं खालक पूर रहे हो सर्व ठाई। मैं बेनती करा गुरबाणी ते कहिंदी है कोई बोला राम राम, उस अकाल पुरख परमेश्वर नूं एक नूं आराधना है, एक नूं याद करना है। भावें राम कह के याद कर लै, भावें अल्लाह कह के याद कर लै, भावें वाहिगुरु कह के याद कर लै, याद उस एक नूं करना है, याद उस एक नूं करना है। अवल अल कहिंदे कोई बोला राम राम, कोई खुदाए कोई सेवै गुसैया, कोई अलाहे कारण करन करीम कृपा तार रहीम। इत्थे ते आख्या गया सबे सांझी वाल सदाएं तू किसे ना दिसै बाहर जी सारिया दे विच। हुण बेनती करा मेरे गुरु नानक ने संदेश दिता
गुरु नानक तो पहलों सिख मनुखता नूं चार हिस्सों में वंड दिता सी, खत्री ब्राह्मण शूद वैश्य चार हिस्सों में वंड दिता मनुखता नूं। शूद्र नूं सब तो नीवा कर दिता गया, ब्राह्मण ने अपने आप नूं सब तो उच्चा कर लिया। हुण जरा गुरु ग्रंथ साहिब दी पावन बाणी तों सांझी वालता पढ़िए ना, ते भगत कबीर साहिब कहिंदे ने गर्भवास मैं कुल नहीं जाती, गर्भवास मैं कुल नहीं जाती, ब्रह्म बिंद ते सब उत्पाती। हुण बेनती करा, असीं ते अज जात पात दी गल, ऊंच नीच दी गल कित्थों लैंदे आं? जिहड़े मां बाप दे घर जन्म लै लिया, उस मां बाप वाली जात अगे आ गई, उस मां बाप वाली जात अगे आ गई। मैं तो अक्सर बेनती करा करना, बच्चे नूं जन्म लैण लग्गिया बच्चे कोल कोई परमेश्वर ऑप्शन थोड़ी पुछदा है, दस किहड़े मां बाप दे घर जन्म लैणा है, सिख मां बाप दे घर आउणा है कि हिंदू मां बाप दे आउणा है कि ईसाई मां बाप दे घर आउंदा है, बच्चे कोल कोई ऑप्शन नहीं है। ते भगत कबीर जी यही ते कहिंदे ने, गर्भवास मैं कुल नहीं जाती, ब्रह्म बिंद ते सब उत्पाती, कोहरे पंडित ब्राह्मण कब के हुए, ब्राह्मण कह कह जन्म मत खोए। तू अपने आप नूं उच्चा कहिंदा जाओ, तू ब्राह्मण ब्राह्मणी जाया तो आण बाट काहे नहीं आया। जे तू अपने आप नूं सांझी वालता तो बाहर करके अपने आप नूं उच्चा कह रहा है ना, ते दस तेरे भी जन्म लैण दा तरीका मां बाप दे सुमेल तों संयोग तों तेरा भी जन्म होया। एक शूद्र दा जन्म भी माता पिता दे संयोग तों होया, फर्क की होया? फिर तेरा ते फिर शूद्र दे जन्म लैण दा तरीका कोई ढंग वखरा होना चाहीदा सी। कहिंदे हम कत लोहू तुम कत दूध, भगत कबीर जी कहिंदे ने ब्राह्मण तू अपने आप नूं उच्चा कह रहे, तू सांझी वालता दे रस्ते विच सब तों वड्डी रुकावट बन के खड़ा है। तू दस तेरियां नाड़ां विच, साडियां नाड़ां विच शूद्रां दीयां नाड़ां विच लहू चलदा है ते तेरियां नाड़ां विच दुध चलदा है, दस कहां जरिक तेरे कोल की है? पर मैं बेनती करता जावां, असीं अज जातां बरादरियां विच धर्मां विच वंडे पए, हुण वेखियो किदां दी गल है, कित्थे खड़े हां असीं, कित्थे क खड़े हैं? मैं अज की गल करनी चाहना। असी कहने नहीं, यह हिंदू है, यह मुसलमान है, ईसाई है, यह सिख है, यह पारसी है, बोधी है, यह जैनी है। पर बेनती करा कि सानू लोड़ पै जाए किसी खून ब्लड बैंक तो, खून लैन की लोड़ पै जाए ब्लड बैंक तो, कभी उस ब्लड बैंक तो खून लैन लगिया उत्ते लिखिया पढ़िया जे कभी यह ब्राह्मण का खून है कि शूद्र का खून है, यह हिंदू का खून है कि ईसाई का खून है? बेनती करा उत्थे ते ब्लड ग्रुप वेख्या जांदा है, किते खून दे उत्ते नहीं जे लिखिया इह किस जाति दा खून है, इह किस धर्म वाले मनुख दा खून है, किते नहीं लिखिया हुंदा। इत्थे ते सारी बराबरता दी गल है, एक पिता एक इसके हम बारक, एक पिता एक इसके हम बारक। ते मैं एक गल होर कहनी चाहुंदा, इह सांझी वालता गुरु नानक ने जिहड़ी आरंभ कीती, जिहड़ी सांझी वालता गुरु नानक ने आरंभता कीती सी ना, इस सांझी वालता दे विच मेरे गुरु नानक साहब ने आख दिता, जिहड़े रुकावट बन के खड़े सन उन्हां रुकावटां दे उत्ते मेरे गुरु नानक ने उंगल रख दित्ती, उंगल रखी मेरे गुरु नानक ने उन्हां रुकावटां दे उत्ते। कहिंदे जात जन्म ने पूछी है सच कर लेहो बताए, जात पात दे आधार ये वितकरा खड़ा करके उच्चे नीवे नूं ना देख, जे उच्चा नीवा वेखना मेरे गुरु नानक ने सिद्धांत वक्रा दे दिता, परिभाषा वक्री दे दी, नवी परिभाषा दी मेरे गुरु नानक ने, उच्चा ते नीवा वेखना ते किवें वेख्या जा सकेगा? कहिंदे जात जन्म ने पूछी है सच कर ले हो बताए, सा जात सा पत है जे वे कर्म कमाए, जिदा दे कर्म करदा उस आधार तो दी जात गिनी जाएगी। खसम विसार है ते कमजात, नानक नावै बासनात, नीच ओ मनुख नीच है जिहड़े कर्म माड़े ने जिसते। गुरु नानक ने आख्या कर्मां दे आधार ते मनुख नूं उच्चा ते नीवा की जरूर मिणिया जा सकता है, जात जन्म जात दे आधार उत्ते नहीं हो सकता। जात का गर्भ ना कर मूर्ख गवारा, इस गर्भ ते चलना बहुत बेकारा, जात का गर्भ ना करियो कोई, ब्रह्म बिंदे ते सब उपत होई, जात का हंकार ना करी। पर मैं एक छोटी जी गल इत्थे कहन संकोच नहीं करांगा, वेखियो मैं बेनती करा, यह सांझी वालता की गल शुरू कितों होनी सी? सिख ने सांझी वालता का उपदेश सब तो वड्डे रूप में कितों लैना सी? गुरु घर तो लैना सी, गुरुद्वारे तो लैना सी। सांझी वालता का उपदेश सिख ने गुरु घर तो लैना सी, पर अज की हो रहा है? मैं छोटी जी उदाहरण देनी चाहना, कहिंदे एक बुजुर्ग बाबा, एक बुजुर्ग बाबा तुरिया जा रहा सी रस्ते दे विच, ते तुरे जांदियां जांदियां कहिंदे एक वड्डे नगर दे विच उहनूं रात पै गई, शाम का समा हो गया, सूरज डुब गया,
ਤਾਂ ਕਹਿੰਦੇ ਉਸ ਪਿੰਡ ਦੇ ਨੌਜਵਾਨ ਨੂੰ ਰਸਤੇ ਵਿੱਚ ਤੁਰੇ ਜਾਂਦੇ ਇੱਕ ਨੌਜਵਾਨ ਨੂੰ ਖੜਾ ਕਰਕੇ ਪੁੱਛਦਾ ਹੈ, ਨੌਜਵਾਨ ਮੈਂ ਤੁਹਾਡੇ ਪਿੰਡ ਮੈਂ ਰਾਹੀ ਗੀਰ ਹਾਂ, ਮੈਂ ਤੁਹਾਡੇ ਪਿੰਡ ਰਾਤ ਕੱਟਣਾ ਚਾਹੁੰਦਾ, ਮੈਂ ਤੁਹਾਡੇ ਪਿੰਡ ਰਾਤ ਕੱਟਣਾ ਚਾਹੁੰਦਾ। ਨੌਜਵਾਨ ਦੱਸ ਤੁਹਾਡੇ ਪਿੰਡ ਦਾ ਗੁਰਦੁਆਰਾ ਕਿੱਥੇ ਹੈ, ਤੁਹਾਡੇ ਪਿੰਡ ਦਾ ਗੁਰਦੁਆਰਾ ਕਿੱਥੇ ਹੈ। ਹੁਣ ਨੌਜਵਾਨ ਨੇ ਅੱਗੋਂ ਸਵਾਲ ਦਾ ਜਵਾਬ ਪਤਾ ਕੀ ਦਿੱਤਾ, ਉਲਟਾ ਸਵਾਲ ਕੀਤਾ, ਕਹਿਣ ਲੱਗਾ ਬਾਪੂ ਜੀ ਕਿਹੜੇ ਗੁਰਦੁਆਰੇ ਜਾਣਾ ਹੈ, ਬਾਪੂ ਜੀ ਕਿਹੜੇ ਗੁਰਦੁਆਰੇ ਜਾਣਾ ਹੈ। ਉਹ ਨੌ ਬਜ਼ੁਰਗ ਬਾਪੂ ਸਿਆਣਾ ਸੀ, ਕਹਿਣ ਲੱਗਾ ਉਹ ਪੁੱਤਰ ਗੁਰਦੁਆਰਾ ਗੁਰਦੁਆਰਾ ਹੁੰਦਾ, ਕਿਹੜੇ ਗੁਰਦੁਆਰੇ ਦਾ ਕੀ ਮਤਲਬ ਹੋਇਆ ਬਈ, ਗੁਰਦੁਆਰਾ ਗੁਰਦੁਆਰਾ ਹੁੰਦਾ, ਕਿਹੜੇ ਗੁਰਦੁਆਰੇ ਦਾ ਮਤਲਬ ਕੀ ਹੋਇਆ। ਤੇ ਉਹ ਨੌਜਵਾਨ ਕਹਿਣ ਲੱਗਾ ਬਾਪੂ ਜੀ ਤੁਸੀਂ ਕਹਿ ਦਿੱਤਾ ਮੈਨੂੰ ਮੇਰਾ ਸਵਾਲ ਗਲਤ ਹੈ, ਪਰ ਜਦੋਂ ਮੇਰਾ ਜਵਾਬ ਸੁਣੋਗੇ ਨਾ ਫਿਰ ਮੇਰਾ ਸਵਾਲ ਗਲਤ ਨਹੀਂ ਹੈ। ਦੱਸੋ ਸਾਡੇ ਨਗਰ ਵਿੱਚ ਜੱਟਾਂ ਦੇ ਗੁਰਦੁਆਰੇ ਜਾਣਾ, ਬਾਵਿਆਂ ਦੇ ਗੁਰਦੁਆਰੇ ਜਾਣਾ, ਭਾਟੀਆਂ ਦੇ ਗੁਰਦੁਆਰੇ ਜਾਣਾ, ਰਵਿਦਾਸੀਆਂ ਦੇ ਗੁਰਦੁਆਰੇ ਜਾਣਾ, ਦੱਸੋ ਕਿਹੜੇ ਗੁਰਦੁਆਰੇ ਜਾਣਾ ਤੁਸੀਂ। ਹੁਣ ਬਜ਼ੁਰਗ ਬਾਬਾ ਸਿਆਣਾ ਸੀ, ਕਹਿਣ ਲੱਗਾ ਪੁੱਤਰ ਮੈਂ ਸਿੱਖਾਂ ਦੇ ਗੁਰਦੁਆਰੇ ਜਾਣਾ ਹੈ। ਤੇ ਨੌਜਵਾਨ ਕਹਿੰਦਾ ਬਾਪੂ ਜੀ ਸਾਡੇ ਪਿੰਡ ਵਿੱਚ ਨਗਰ ਵਿੱਚ ਸਾਰੇ ਗੁਰਦੁਆਰੇ ਨੇ ਪਰ ਸਿੱਖਾਂ ਦਾ ਗੁਰਦੁਆਰਾ ਕੋਈ ਨਹੀਂ। ਹੁਣ ਸਾਂਝੀ ਬਾਲਤਾ ਤੇ ਗੁਰਦੁਆਰੇ ਤੋਂ ਸਿੱਖਣੀ ਸੀ, ਅਸੀਂ ਗੁਰਦੁਆਰੇ ਨੂੰ ਜਾਤਾਂ ਬਰਾਦਰੀਆਂ ਵਿੱਚ ਵੰਡ ਕੇ ਰੱਖ ਦਿੱਤਾ, ਗੁਰਦੁਆਰਿਆਂ ਨੂੰ ਜਾਤਾਂ ਬਰਾਦਰੀਆਂ ਦੇ ਨਾਵਾਂ ਤੇ ਵੰਡ ਕੇ ਰੱਖ ਲਿਆ। ਮੈਂ ਬੇਨਤੀ ਕਰਾਂ, ਸਿੰਘ ਸਭਾ ਲਹਿਰ ਚੱਲੀ ਸੀ, ਸਿੰਘ ਸਭਾ ਲਹਿਰ ਦੀ ਇੱਕ ਬੜੀ ਵੱਡੀ ਪ੍ਰਾਪਤੀ ਸੀ, ਬਦਕਿਸਮਤੀ ਅਸੀਂ ਉਸ ਪ੍ਰਾਪਤੀ ਨੂੰ ਮੇਨਟੇਨ ਨਾ ਰੱਖ ਸਕੇ। ਉਹਨਾਂ ਆਖਿਆ ਸੀ ਹਰ ਇਤਿਹਾਸਕ ਗੁਰਦੁਆਰਿਆਂ ਨੂੰ ਛੱਡ ਕੇ ਬਾਕੀ ਹਰ ਗੁਰਦੁਆਰੇ ਦਾ ਨਾਮ ਕੀ ਹੋਣਾ ਚਾਹੀਦਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅੱਗੇ ਨਗਰ ਦਾ ਨਾਮ ਹੋਵੇ, ਨਗਰ ਮੁਹੱਲੇ ਦਾ ਨਾਮ ਹੋਵੇ। ਇਹ ਸਿੰਘ ਸਭਾ ਲਹਿਰ ਦੀ ਇੱਕ ਸਾਰਤਾ ਵਾਲੀ ਸੀ, ਸਾਂਝੀ ਵਾਲਤਾ ਦਾ ਸਿਧਾਂਤ ਦਿੱਤਾ ਸੀ ਸਿੰਘ ਸਭਾ ਲਹਿਰ ਨੇ, ਪਰ ਬਦਕਿਸਮਤੀ ਅਸੀਂ ਅੱਜ ਉਹ ਗਵਾ ਬੈਠੇ। ਸਾਂਝੀ ਵਾਲਤਾ ਤੇ ਬੇਨਤੀ ਕਰਾਂ, ਆਪਾਂ ਨਿੱਜੀ ਜੀਵਨ ਤੋਂ ਜਰ ਝਾਤੀ ਮਾਰ ਕੇ ਵੇਖੀਏ, ਸਾਨੂੰ ਅਕਾਲ ਪੁਰਖ ਪਰਮੇਸ਼ਰ ਨੇ ਮਨੁੱਖ ਬਣਾ ਕੇ ਪੈਦਾ ਕੀਤਾ ਹੈ ਤੇ ਸਾਨੂੰ ਆਖਿਆ ਏਕ ਪਿਤਾ ਏਕ ਸਕੇਹਾ ਮਾਰਕ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਾਡਾ ਸਾਰਿਆਂ ਦਾ ਪਿਤਾ ਇੱਕ ਹੈ, ਅਕਾਲ ਪੁਰਖ ਪਰਮੇਸ਼ਰ ਸਾਡਾ ਸਾਰਿਆਂ ਦਾ ਸਾਂਝਾ ਪਿਤਾ ਹੈ। ਤੇ ਜਦੋਂ ਪਿਤਾ ਇੱਕ ਹੋਵੇ ਤੇ ਇੱਕ ਪਿਤਾ ਦੀ ਸੰਤਾਨ ਦੀਆਂ ਜਾਤਾਂ ਪਾਤਾਂ ਵੱਖਰੀਆਂ ਵੱਖਰੀਆਂ ਕਿੱਦਾਂ ਹੋ ਸਕਦੀਆਂ। ਪਰ ਅੱਜ ਕੀ ਹੋ ਗਿਆ, ਸਿੱਖ ਦਾ ਨਾਮ ਬੱਚੇ ਬੱਚੀ ਦਾ ਨਾਮ ਰੱਖਣਾ ਹੋਵੇ ਨਾ, ਨਾਮ ਦਾ ਪਹਿਲਾ ਅੱਖਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੁਕਮਨਾਮੇ ਤੋਂ ਲਿਆ ਜਾਂਦਾ ਹੈ, ਭਾਵ ਨਾਮ ਦਾ ਪਹਿਲਾ ਹਿੱਸਾ ਗੁਰੂ ਗ੍ਰੰਥ ਸਾਹਿਬ ਤੋਂ, ਨਾਮ ਦਾ ਦੂਜਾ ਹਿੱਸਾ ਸਿੰਘ ਜਾਂ ਕੌਰ ਗੁਰੂ ਕਲਗੀਧਰ ਦੇ ਆਦੇਸ਼ ਅਨੁਸਾਰ। ਪਰ ਅੱਜ ਕੀ ਹੋਇਆ, ਅਸੀਂ ਗੁਰੂ ਗ੍ਰੰਥ ਸਾਹਿਬ ਦਾ ਨਾਮ ਵੀ ਗਵਾ ਦਿੱਤਾ, ਅਸੀਂ ਗੁਰੂ ਕਲਗੀਧਰ ਦਾ ਨਾਮ ਵੀ ਗਵਾ ਦਿੱਤਾ। ਕਿਸੇ ਸ਼ਾਇਰ ਨੇ ਲਿਖਿਆ, ਕਹਿੰਦਾ ਅੱਜ ਦੀ ਗੱਲ ਲਿਖੀ ਉਹਨੇ, ਕਹਿੰਦਾ ਤੁਮ ਸਿੱਧੂ ਵੀ ਹੋ, ਤੁਮ ਸੋਢੀ ਵੀ ਹੋ, ਤੁਮ ਸਾਹਨੀ ਵੀ ਹੋ। ਕਹਿੰਦਾ ਤੁਮ ਸਿੱਧੂ ਵੀ ਹੋ, ਤੁਮ ਸੋਢੀ ਵੀ ਹੋ, ਤੁਮ ਸਾਹਨੀ ਵੀ ਹੋ, ਤੁਮ ਸਭ ਕੁਛ ਹੋ, ਜਰਾ ਜੇ ਤੋਂ ਬਤਾਓ ਗੁਰਸਿੱਖ ਵੀ ਹੋ, ਜਰਾ ਜੇ ਤੋਂ ਬਤਾਓ ਗੁਰਸਿੱਖ ਵੀ ਹੋ। ਸਾਂਝੀ ਵਾਲਤਾ ਕਿੱਥੋਂ ਆਵੇਗੀ ਵਹਿਮ ਕਰਨਾ, ਅਸੀਂ ਤੇ ਆਪਣੇ ਆਪ ਦੀਆਂ ਜਾਤਾਂ ਪਾਤਾਂ ਤੋਂ ਛੱਡ ਕੇ ਅੱਗੇ ਗੋਤਾਂ ਵਿੱਚ ਵੰਡੇ ਗਏ। ਸਾਂਝੀ ਵਾਲਤਾ ਤੇ ਅਸੀਂ ਆਪਣੇ ਘਰ ਤੋਂ ਸ਼ੁਰੂ ਕਰਨੀ ਸੀ, ਸਾਂਝੀ ਵਾਲਤਾ ਸੀ, ਅਸੀਂ ਸਾਂਝੀ ਵਾਲਤਾ ਦੇ ਰੋਲ ਮਾਡਲਾਂ ਦੇ ਪਿੱਛੇ ਤੁਰਨਾ ਸੀ, ਭਾਈ ਘਨੱਈਆ ਜੀ ਵਰਗਿਆਂ ਦੇ ਪਿੱਛੇ, ਅਸੀਂ ਸਾਂਝੀ ਵਾਲਤਾ ਦੇ ਰੋਲ ਮਾਡਲਾਂ ਦੇ ਪਿੱਛੇ ਤੁਰਨਾ ਸੀ, ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲਿਆਂ ਦੇ ਪਿੱਛੇ। ਅਸੀਂ ਸਾਂਝੀ ਵਾਲਤਾ ਦਾ ਅੱਜ ਦਾ ਰੋਲ ਮਾਡਲ ਲੱਭਣਾ ਹੋਵੇ ਤਾਂ ਸਰਦਾਰ ਰਵੀ ਸਿੰਘ ਖਾਲਸਾ ਏਡ ਵਰਗੀਆਂ ਨੂੰ ਰੋਲ ਮਾਡਲ ਬਣਾ ਕੇ ਲੱਭਣਾ ਸੀ ਅਸੀਂ। ਪਰ ਅਸੀਂ ਸਾਂਝੀ ਵਾਲਤਾ, ਮਾਫ ਕਰਨਾ, ਸਾਂਝੀ ਵਾਲਤਾ ਦੀ ਗੱਲ ਸ਼ੁਰੂ ਹੋਣੀ ਸੀ ਮੇਰੇ ਆਪਣੇ ਨਿੱਜੀ ਜੀਵਨ ਤੋਂ, ਮੇਰੇ ਆਪਣੇ ਘਰ ਤੋਂ। ਮੈਂ ਆਪਣੇ ਘਰ ਵਿੱਚ ਸਾਂਝੀ ਵਾਲਤਾ ਨਾ ਪੈਦਾ ਕਰ ਸਕਿਆ, ਉਹ ਸਾਂਝੀ ਵਾਲਤਾ ਆਉਣੀ ਸੀ ਜੇ ਗੁਰਬਾਣੀ ਦਾ ਉਪਦੇਸ਼ ਮੇਰੇ ਜੀਵਨ ਵਿੱਚ ਹੁੰਦਾ। ਪਰ ਸਾਡੇ ਘਰਾਂ 'ਚ ਕੀ ਹੋ ਰਿਹਾ, ਮੈਨੂੰ ਲੱਗਦਾ ਹੈ ਗੁਰੂ ਰਾਮਦਾਸ ਦਾ ਉਹ ਪਾਵਨ ਬਚਨ ਜਰਾ ਆਪਣੇ ਆਪਣੇ ਘਰਾਂ 'ਚ ਝਾਤੀ ਮਾਰ ਕੇ ਵੇਖਣ ਦੀ ਲੋੜ ਹੈ। ਗੁਰੂ ਰਾਮਦਾਸ ਜੀ ਨੇ ਆਖਿਆ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ ਤਿੰਨ ਸੌ ਝਗਰਤ ਪਾਪ। ਹੁਣ ਕੀ ਅਸੀਂ ਆਪਣੇ ਘਰਾਂ ਵਿੱਚ ਆਪਣੇ ਬਜ਼ੁਰਗਾਂ ਨੂੰ ਸੰਭਾਲਿਆ, ਕੀ ਅਸੀਂ ਆਪਣੇ ਘਰਾਂ ਵਿੱਚ ਆਪਣੇ ਬਜ਼ੁਰਗਾਂ ਨੂੰ ਯੋਗ ਸੰਭਾਲ ਕੀਤੀ ਹੈ? ਅਸੀਂ ਤੇ ਆਪਣੇ ਘਰ ਵਿੱਚ ਆਪਣੇ ਬਾਪ ਨੂੰ ਵੱਖਰਾ ਕਰਕੇ ਰੱਖ ਦਿੱਤਾ, ਮੈਂ ਆਪਣੀ ਮਾਂ ਨੂੰ ਬਿਰਧ ਨੂੰ ਵੱਖਰਾ ਕਰਕੇ ਰੱਖ ਦਿੱਤਾ, ਤੇ ਸਾਂਝੀ ਵਾਲਤਾ ਦਾ ਸੰਦੇਸ਼ ਸਮਾਜ ਵਿੱਚ ਦੁਨੀਆਂ ਵਿੱਚ ਕਿਵੇਂ ਲੈ ਕੇ ਜਾਵਾਂਗੇ? ਅਸੀਂ ਘਰ ਦੇ ਅੰਦਰ ਸਾਂਝੀ ਵਾਲਤਾ ਆਪਣੇ ਘਰ ਦੇ ਮੈਂਬਰਾਂ ਤੱਕ ਨਾ ਰੱਖ ਸਕਦੇ। ਤੇ ਮੈਂ ਇੱਕ ਬੇਨਤੀ ਕਰਾਂ, ਦਾਸ ਨੇ ਕਹਾਣੀ ਪੜ੍ਹੀ ਸੀ, ਮਿੰਨੀ ਕਹਾਣੀ, ਉਸ ਮਿੰਨੀ ਕਹਾਣੀ ਦਾ ਟਾਈਟਲ ਸੀ ਹੈਲੋ ਸਰ। ਉਹ ਟਾਈਟਲ ਉਹਨੇ ਹੈਲੋ ਸਰ ਕਿਉਂ ਰੱਖਿਆ? ਕਿਉਂਕਿ ਟੈਲੀਫੋਨ ਦੇ ਉੱਤੇ ਗੱਲਬਾਤ ਹੋ ਰਹੀ ਹੈ ਤੇ ਟੈਲੀਫੋਨ ਤੇ ਜਦੋਂ ਗੱਲ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਹੈਲੋ ਸਰ ਆਖਿਆ ਜਾਂਦਾ ਹੈ। ਵੇਖਿਓ ਉਹ ਟੈਲੀਫੋਨ ਦੇ ਉੱਤੇ ਗੱਲ ਕਰ ਰਿਹਾ ਹੈ,
ਕਹਿੰਦਾ ਹੈਲੋ ਸਰ, ਮੈਂ ਬਿਰਧ ਆਸ਼ਰਮ ਤੋਂ ਬੋਲ ਰਿਹਾ। ਸੁਣਿਓ ਜਿਹੜੀ ਕਮਾਲ ਦੀ ਗੱਲ ਲਿਖੀ ਉਹਨੇ ਮਿੰਨੀ ਕਹਾਣੀ ਦੇ ਵਿੱਚ। ਕਹਿੰਦਾ ਹੈਲੋ ਸਰ, ਮੈਂ ਬਿਰਧ ਆਸ਼ਰਮ ਤੋਂ ਬੋਲ ਰਿਹਾ। ਅੱਜ ਦੀ ਅਖਬਾਰ ਵਿੱਚ ਤੁਹਾਡੇ ਗੁਆਚੇ ਕੁੱਤੇ ਦਾ ਇਸ਼ਤਿਹਾਰ ਪੜਿਆ। ਸੁਣਿਓ ਜਿਹੜੀ ਕੀ ਕਿੱਥੇ ਜਾਂਦਾ ਗੱਲ। ਕਹਿੰਦਾ ਹੈਲੋ ਸਰ, ਮੈਂ ਬਿਰਧ ਆਸ਼ਰਮ ਤੋਂ ਬੋਲ ਰਿਹਾ। ਅੱਜ ਦੀ ਅਖਬਾਰ ਵਿੱਚ ਤੁਹਾਡੇ ਗੁਆਚੇ ਕੁੱਤੇ ਦਾ ਇਸ਼ਤਿਹਾਰ ਪੜਿਆ ਹੈ। ਤੁਹਾਡਾ ਗੁਆਚਿਆ ਹੋਇਆ ਕੁੱਤਾ ਸਾਡੇ ਬਿਰਧ ਆਸ਼ਰਮ ਵਿੱਚ ਤੁਹਾਡੇ ਪਿਤਾ ਜੀ ਨਾਲ ਖੇਡ ਰਿਹਾ ਹੈ, ਆ ਕੇ ਲੈ ਜਾਓ। ਹੁਣ ਪਿਤਾ ਨੂੰ ਲੈ ਕੇ ਜਾਣਾ ਕਿ ਕੁੱਤੇ ਨੂੰ ਲੈ ਕੇ ਜਾਣਾ? ਹੁਣ ਸਾਂਝੀ ਵਾਲਤਾ ਬੇਨਤੀ ਕਰਾਂ, ਕਿੱਥੋਂ ਲਿਆਵਾਂਗੇ? ਅਸੀਂ ਤਾਂ ਘਰ ਦੇ ਅੰਦਰ ਸਾਂਝੀ ਵਾਲਤਾ ਗੁਆ ਬੈਠੇ। ਅਸੀਂ ਤਾਂ ਘਰ ਦੇ ਅੰਦਰ ਗੁਰੂ ਰਾਮਦਾਸ ਦਾ ਉਹ ਬਚਨ ਭੁੱਲ ਗਏ, ਕਿਉਂਕਿ ਮੈਂ ਗੱਲ ਲੈ ਕੇ ਤੁਰਿਆ। ਅਸੀਂ ਇੱਥੇ ਪ੍ਰਵਾਨ ਗੁਰਪੁਰ ਮਨਾਇਆ ਉਹਦਾ ਹੋਣਾ ਹੈ ਜਿਹਨੇ ਗੁਰੂ ਦਾ ਹੁਕਮ ਮੰਨਣਾ ਹੈ। ਅਤੇ ਗੁਰੂ ਰਾਮਦਾਸ ਤੇ ਕਹਿੰਦੇ ਨੇ, ਕਾਹੇ ਪੂਤ ਚਗਰਤ ਹੋ ਸੰਗ ਬਾਪ, ਜਿਨਕੇ ਜਣੇ ਬੜੀਰੇ ਤੁਮ ਹੋ ਤਿੰਨ ਸਿਓ ਚਗਰਤ ਪਾਪ। ਹੁਣ ਵਿਚਾਰਨ ਦੀ ਲੋੜ ਹੈ। ਅਤੇ ਇੱਕ ਮੈਂ ਬੇਨਤੀ ਕਰਾਂ, ਸਾਡੇ ਰੋਲ ਮਾਡਲ ਨੇ ਭਾਈ ਘਨੱਈਆ ਜੀ। ਮੈਂ ਉਸ ਭਾਈ ਘਨੱਈਆ ਦੀ ਗੱਲ ਕਰਨ ਤੋਂ ਬਿਨਾਂ ਮੈਨੂੰ ਲੱਗਦਾ ਕਿ ਸਾਂਝੀ ਵਾਲਤਾ ਦਾ ਵਿਸ਼ਾ ਮੁਕੰਮਲ ਨਹੀਂ ਹੋ ਸਕਦਾ। ਸਾਂਝੀ ਵਾਲਤਾ ਦਾ ਵਿਸ਼ਾ ਦਾ ਸਾਡੇ ਰੋਲ ਮਾਡਲ ਨੇ ਭਾਈ ਘਨੱਈਆ ਜੀ। ਹੁਣ ਮੈਂ ਉਹ ਵਿਸਥਾਰ 'ਚ ਨਹੀਂ ਜਾਣਾ, ਮੈਂ ਉਹਦੇ ਵਿਚਲੇ ਇੱਕ ਸੰਦੇਸ਼ ਵੱਲ ਗੱਲ ਲੈ ਕੇ ਜਾਣੀ ਹੈ ਭਾਈ ਘਨੱਈਆ ਜੀ ਤੋਂ। ਉਹ ਕਹਿੰਦੇ ਭਾਈ ਘਨੱਈਆ ਜੀ ਦੀ ਜਦੋਂ ਗੁਰੂ ਕਲਗੀਧਰ ਪਿਤਾ ਕੋਲ ਸ਼ਿਕਾਇਤ ਹੋਈ ਸੀ ਨਾ, ਤੇ ਕਲਗੀਧਰ ਪਿਤਾ ਨੇ ਭਾਈ ਘਨੱਈਆ ਜੀ ਨੂੰ ਬੁਲਾ ਲਿਆ ਸੀ। ਹੁਣ ਭਾਈ ਘਨੱਈਆ ਜੀ ਬਾਰੇ ਗੁਰੂ ਕਲਗੀਧਰ ਜਾਣਦੇ ਨੇ ਭਾਈ ਘਨੱਈਆ ਗਲਤ ਨਹੀਂ ਹੈ। ਹੁਣ ਵੇਖਿਓ, ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਘਨੱਈਆ ਤੇਰੀ ਸ਼ਿਕਾਇਤ ਆਈ ਹੈ। ਆਹ ਸ਼ਿਕਾਇਤ ਕਰਨ ਵਾਲੇ ਆਹ ਖੜੇ ਇੱਕ ਪਾਸੇ, ਤੂੰ ਦੂਜੇ ਪਾਸੇ ਖੜਾ ਹੈ। ਸ਼ਿਕਾਇਤ ਕਰਨ ਵਾਲੇ ਸੱਜੇ ਪਾਸੇ ਗੁਰੂ ਨੇ ਖੜੇ ਕਰ ਲਏ, ਜਿਸ ਦੀ ਸ਼ਿਕਾਇਤ ਹੈ ਭਾਈ ਘਨੱਈਆ ਦੀ ਖੱਬੇ ਪਾਸੇ ਖੜਾ ਕਰ ਲਿਆ। ਭਾਈ ਘਨੱਈਆ ਤੇਰੀ ਸ਼ਿਕਾਇਤ ਆਈ ਹੈ, ਤੂੰ ਵੈਰੀਆਂ ਨੂੰ ਦੁਸ਼ਮਣਾਂ ਨੂੰ, ਸਿੱਖ ਕਹਿੰਦੇ ਅਸੀਂ ਮਾਰ ਕੇ ਸੁੱਟਦੇ ਹਾਂ, ਅਸੀਂ ਜ਼ਖਮੀ ਕਰਕੇ ਸੁੱਟਦੇ ਹਾਂ, ਪਾਣੀ ਪਿਆ ਕੇ ਫਿਰ ਲੜਨ ਨੂੰ ਤਿਆਰ ਕਰ ਦਿੰਦਾ। ਇਸ ਗੁਰੂ ਕਲਗੀਧਰ ਪਾਤਸ਼ਾਹ ਭਾਈ ਘਨੱਈਆ ਨੂੰ ਕਹਿੰਦੇ ਨੇ, ਭਾਈ ਘਨੱਈਆ ਦੱਸ ਤੇਰੇ ਕੋਲ ਕੀ ਜਵਾਬ ਹੈ, ਤੇਰਾ ਕੀ ਸਪਸ਼ਟੀਕਰਨ ਹੈ, ਤੇਰੇ ਕੋਲ ਕੀ ਸਪਸ਼ਟੀਕਰਨ ਹੈ ਇਸ ਜਵਾਬ ਤੇਰੀ ਸ਼ਿਕਾਇਤ ਦਾ? ਹੁਣ ਵੇਖਿਓ, ਮੈਂ ਬੇਨਤੀ ਕਰਦਾ ਜਾਵਾਂ, ਭਾਈ ਘਨੱਈਆ ਜੀ ਦਾ ਜਵਾਬ ਸੁਣਿਓ। ਜਰੀ ਕਹਿਣ ਲੱਗਾ, ਸਤਿਗੁਰੂ ਜੀਓ, ਇਹ ਸ਼ਿਕਾਇਤ ਕਰਨ ਵਾਲੇ ਵੀ ਠੀਕ ਨੇ, ਮੈਂ ਵੀ ਠੀਕ ਹਾਂ। ਸ਼ਿਕਾਇਤ ਕਰਨ ਵਾਲੇ ਵੀ ਠੀਕ ਨੇ, ਮੈਂ ਵੀ ਠੀਕ ਹਾਂ। ਹੁਣ ਗੁਰੂ ਕਲਗੀਧਰ ਪਾਤਸ਼ਾਹ ਜਾਣਦੇ ਨੇ ਸਭ ਕੁਝ, ਪਰ ਸਾਨੂੰ ਸਮਝਾਉਣਾ ਹੈ। ਪਰਖਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਨੇ, ਗੁਰਬਾਣੀ ਦਾ ਬਚਨ ਹੈ। ਗੱਲ ਭਾਵੇਂ ਭਾਈ ਘਨੱਈਆ ਜੀ ਨਾਲ ਹੋ ਰਹੀ ਹੈ, ਪਰ ਸਿੱਖਿਆ ਸਾਨੂੰ ਦੇਣੀ ਹੈ ਗੁਰੂ ਕਲਗੀਧਰ ਨੇ। ਗੁਰੂ ਕਲਗੀਧਰ ਕਹਿਣ ਲੱਗੇ, ਭਾਈ ਘਨੱਈਆ, ਇਹ ਕਿੱਦਾਂ ਹੋ ਸਕਦਾ ਹੈ? ਸ਼ਿਕਾਇਤ ਕਰਨ ਵਾਲਾ ਵੀ ਠੀਕ ਹੋਵੇ ਤੇ ਜਿਸ ਦੀ ਸ਼ਿਕਾਇਤ ਕੀਤੀ ਗਈ ਹੋਵੇ ਉਹ ਵੀ ਠੀਕ ਹੋਵੇ, ਦੋਵਾਂ 'ਚੋਂ ਇੱਕ ਠੀਕ ਹੋਵੇਗਾ ਇੱਕ ਗਲਤ ਹੋਵੇਗਾ, ਦੋਵੇਂ ਠੀਕ ਨਹੀਂ ਹੋ ਸਕਦੇ, ਤੁਸੀਂ ਕਿੱਦਾਂ? ਭਾਈ ਘਨੱਈਆ, ਤੁਸੀਂ ਕਿੱਦਾਂ ਕਹਿ ਸਕਦੇ ਹੋ ਇਹ ਵੀ ਠੀਕ ਨੇ ਮੈਂ ਵੀ ਠੀਕ ਹਾਂ? ਤੇ ਭਾਈ ਘਨੱਈਆ ਜੀ ਦਾ ਵੇਖਿਓ, ਸਾਂਝੀ ਵਾਲਤਾ ਦੇ ਰੋਲ ਮਾਡਲ ਮੁਜੱਸਮੇ ਦਾ ਜਵਾਬ ਕੀ ਸੀ? ਕਹਿਣ ਲੱਗੇ, ਸਤਿਗੁਰੂ, ਇਹ ਵੀ ਠੀਕ ਨੇ, ਮੈਂ ਵੀ ਠੀਕ ਹਾਂ। ਇਹ ਤੁਹਾਡੇ ਉੱਤੇ ਚੜ੍ਹ ਕੇ ਆਏ ਦੁਸ਼ਮਣ ਨੂੰ ਮਾਰਦੇ ਨੇ, ਇਹ ਤੁਹਾਡੇ ਉੱਤੇ ਚੜ੍ਹ ਕੇ ਆਏ ਦੁਸ਼ਮਣ ਨੂੰ ਮਾਰਦੇ ਨੇ, ਮੈਂ ਉਹਨਾਂ ਨੂੰ ਪਾਣੀ ਪਿਆ ਕੇ ਉਹਨਾਂ ਦੇ ਅੰਦਰ ਦੀ ਦੁਸ਼ਮਣੀ ਨੂੰ ਮਾਰਦਾ। ਇਹ ਦੁਸ਼ਮਣ ਮਾਰਦੇ ਨੇ, ਮੈਂ ਅੰਦਰ ਦੀ ਦੁਸ਼ਮਣੀ ਮਾਰਦਾ। ਹੁਣ ਧਿਆਨ ਦਿਓ, ਚੜ੍ਹ ਕੇ ਆਏ ਤੇ ਹੋ ਸਕਦਾ ਹੈ ਫਿਰ ਦੁਬਾਰਾ ਚੜ੍ਹ ਕੇ ਆ ਜਾਵਣ ਕਿਤੇ, ਪਰ ਭਾਈ ਘਨੱਈਆ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਿਆਂ ਜਿਹਦੇ ਅੰਦਰਲੀ ਦੁਸ਼ਮਣੀ ਮਾਰ ਦਿੱਤੀ ਉਹ ਦੁਬਾਰਾ ਚੜ੍ਹ ਕੇ ਨਹੀਂ ਆ ਸਕਿਆ। ਇਹ ਸਾਂਝੀ ਵਾਲਤਾ ਦਾ ਉਪਦੇਸ਼ ਪ੍ਰੈਕਟੀਕਲ ਰੂਪ ਵਿੱਚ ਕਮਾ ਕੇ ਦਿਖਾਇਆ ਭਾਈ ਘਨੱਈਆ ਜੀ ਨੇ। ਜੇ ਅੱਜ ਵੇਖਣਾ ਹੋਵੇ ਤੇ ਸਾਂਝੀ ਵਾਲਤਾ ਦਾ ਉਪਦੇਸ਼ ਕਮਾ ਕੇ ਦਿਖਾਇਆ ਭਗਤ ਪੂਰਨ ਸਿੰਘ ਵਰਗਿਆਂ ਨੇ। ਸਾਂਝੀ ਵਾਲਤਾ ਦਾ ਉਪਦੇਸ਼ ਕਮਾ ਕੇ ਦਿਖਾਉਣ ਵਾਲੇ ਭਗਤ ਪੂਰਨ ਸਿੰਘ ਵਰਗੇ ਨੇ। ਉਹਨੇ ਇਹ ਨਹੀਂ ਵੇਖਿਆ ਤੇਰੀ ਜਾਤ ਕਿਹੜੀ ਹੈ, ਤੇਰਾ ਧਰਮ ਕਿਹੜਾ ਹੈ, ਉਹਨੇ ਰੋਗੀ ਦਾ ਰੋਗ ਵੇਖਿਆ, ਉਹਨੇ ਦੁਖੀਏ ਦਾ ਦੁੱਖ ਵੇਖਿਆ। ਹੁਣ ਜਰਾ ਅੰਦਰ ਝਾਤੀ ਮਾਰੀਏ, ਅਸੀਂ ਭਾਈ ਭਗਤ ਪੂਰਨ ਸਿੰਘ ਦਾ ਨਾਮ ਲੈਂਦੇ ਹਾਂ, ਸਾਡਾ ਸਿਰ ਸਤਿਕਾਰ ਨਾਲ ਝੁਕਦਾ ਹੈ, ਪਰ ਕੀ ਉਹਦੇ ਜੀਵਨ ਵਿੱਚੋਂ ਕੁਝ ਸਿੱਖਣ ਹੈ, ਸਿੱਖਿਆ ਲੈਣ ਲਈ ਵੀ ਤਿਆਰ ਹੈ ਕਿ ਨਹੀਂ ਤਿਆਰ? ਜਰਾ ਵਿਚਾਰ ਕੇ ਵੇਖਣ ਦੀ ਲੋੜ ਹੈ। ਤੇ ਦਾਸ ਬੇਨਤੀ ਕਰੇ, ਮੇਰੇ ਗੁਰੂ ਨਾਨਕ ਦੇ ਘਰ ਵਿੱਚ ਜਿਹੜੀ ਸਾਂਝੀ ਵਾਲਤਾ ਦੀ ਗੱਲ ਕੀਤੀ ਗਈ ਨਾ, ਉਸ ਸਾਂਝੀ ਵਾਲਤਾ ਵਿੱਚ ਦੇਖੋ ਗੁਰੂ ਗ੍ਰੰਥ ਸਾਹਿਬ ਵੀ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਗੁਰਬਾਣੀ ਰੂਪ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਹੁਣ ਵੇਖਿਓ, ਸਾਂਝੀ ਵਾਲਤਾ ਦੇ ਪ੍ਰਤੀਕ ਦੀ ਗੱਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਸਾਂਝੀ ਵਾਲਤਾ ਦਾ ਪ੍ਰਤੀਕ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਉੱਥੇ ਪੁੱਛਿਆ ਜਾਂਦਾ ਕਿਸੇ ਨੂੰ, ਤੂੰ ਕਿਹੜੇ ਧਰਮ ਨਾਲ ਸੰਬੰਧ ਰੱਖਦਾ ਹੈ?
उत्थे लंगर छकाउण लग्गिआं किसे नूं पुछिआ जांदा है, संगत विच आए नूं किसे नूं पुछिआ जांदा है, तूं किहड़े धर्म नाल संबंध रखदा है, तूं किहड़ी जात नाल संबंध रखदा है, उत्थे सारिआं नूं इक समान सांझी वालता दी गल हुंदी है। ते मैं बेनती करदा जावां मेरे गुरु नानक दे घर विच जदों गुरु कलगीधर पातशाह ने पंजां प्यारिआं दी साजना कीती ना, उत्थे भी सांझी वालता है, उत्थे जात वेख के नहीं सांझ पंज प्यारिआं दी चोण कीती, कोई इलाका वेख के चोण नहीं कीती, पांच अति उत्तम उस समय के जड़े सिख सन उन्हां दी चोण होई, पांच अति उत्तम जड़े उस समय सन उन्हां दी चोण होई, वख-वख इलाकियां तों वख-वख जातां तों सन। ते एक बेनती करदा जावां मेरे गुरु कलगीधर गुरु अर्जन देव पातशाह ने पहला प्रकाश किया श्री दरबार साहब अमृतसर, किदां दी सांझी वालता प्रतीक ने गुरु ग्रंथ साहिब। मैं एक उदाहरण देनी चाहुंदा, भाई सत्ता ते भाई बलवंड जी गुरबाणी का कीर्तन गाउण वाले, गुरबाणी का कीर्तन गाउण वाले ने भाई सत्ता ते भाई बलवंड जी, कीर्तन गाउण वाले ने गुरबाणी का, गुरु साहिबान की उच्चारण की बाणी, भगत साहिबान की उच्चारण की बाणी का कीर्तन गायन करने वाले ने भाई सत्ता ते भाई बलवंड जी, पर किसी कारणवश गलती कर बैठे, पर जदों गलती करन तो बाद अपनी गलती का एहसास होकर गुरु अर्जन साहब को खिमा जाचना की आके, खिमा जाचना की आके अपनी गलती का एहसास होया, गुरु अर्जन साहब को खिमा जाचना की, वेखियो गुरु अर्जन साहब जी ने बख्शिश के घर में आके कीता, जिवें गुरु अर्जन साहब का अपना वचन है ना, जैसे बालक पाए सुपाई लख अपराध कमावै, कर उपदेश झिड़के बहु भांति बौड़ पता गल आवै, पिछले औगुण बख्श लए प्रभ आगे मार्ग पावे। कहते साहेब मेरा एको है, एको है भाई एको है, साहेब मेरा एको है, एको है भाई एको है, एको है, एको है भाई एको है। मैं बेनती करा सांझी वालता बानी उदों है जदों असीं एक अकाल पुरख नाल जुड़ांगे, एक अकाल पुरख नूं अपना तूं सांझा साहिब बाप हमारा मन लवांगे ना, उदों सांझी वालता बानी है, उदों गुरबाणी विच्चों सांझी वालता दी गल समझ च आउणी है। जे असीं एक अकाल पुरख नूं छड्ड के दर दर नाल जुड़दे रह गए ना, यह सांझी वालता नहीं जे आउणी, यह सांझी वालता एक ओंकार नाल जुड़िया आउणी है, साहिब मेरा एको है, एको है भाई एको है, दिते हुए समय की समाप्ति है। धनवाद गुरु ग्रंथ साहिब जी का, धनवाद समुची गुरु संगत का, समूह प्रबंधकों का, नाम सिमरन सत्संग सभा वाले समूह वीरां दा हार्दिक तौर पर धनवाद करता होया फतेह बुला रहे हैं। आखो जी वाहेगुरु जी का खालसा वाहेगुरु जी की फतेह। सभे सांझीवाल सदाएन तू किसे ना दिसे बाहर अजियो, ये सन भाई साहब भाई सुखजीत सिंह जी कपूरथावाल वाले जिन्होंने अज दे विषय दे उत्ते सानू सारिआं नू गुरबाणी दे विच जो सांझीवालता दा सतगुरु जी दा उपदेश है उस विषय दे उत्ते वक वक पहलुआं नू साडे सन्मुख रखदिआं सांझीवालता दे उपदेश प्रति सानू सारिआं नू इन्हां ने ज्ञान की दात बख्शिश की है। भाई साहब जी का श्रोमणी गुरुद्वारा प्रबंधक कमेटी चीफ खालसा दीवान मैनेजर श्री दरबार साहब जी और शब्द कीर्तन नाम से ने अज के इस गुरमत समागम के दासियों की बेनती प्रवान करदिआं हाजरी भरदिआं जिथे आप गुरु की बख्शिश प्राप्त की गुरु दी संगतां दे दीदार किते उत्थे शब्द कीर्तन नाम सिमरत सतसंग दे सेवकां नूं निमाणे जे सेवकां नूं अपने प्यार बख्शिश करदे आं असीस बख्शिश की है हार्दिक तौर पर। धन्यवाद भाई साहब जी का गुरबाणी कीर्तन की सेवा वास्ते सतखंड श्री हरिमंदर साहब जी के बड़े प्यार वाले गुरु के महान कीर्तनीए भाई साहब भाई मनिंदर सिंह जी की सेवा बेनती करांगा कि उस स्टेज पर सुभायमन होंदे हन, उन्होंने आप जी नूं गुरबाणी दी रंगत द्वारा इस महान अज के विषय के उत्ते गुरबाणी कीर्तन द्वारा निहाल करना है। अज के समागम में श्री दरबार साहब जी वालों साढ़े सत्कारयोग भाई साहब भाई सुखराज सिंह जी मैनेजर श्री दरबार साहब जी गुरु रामदास पातशाह जी के पावन दरबार की बख्शिश लैके हाजिर होए हैं, उन्होंने जी ऐं कहिंदा हाँ। नाल ही अपने परम सत्कारयोग भाई साहब भाई तरसेम सिंह जी जुड़ के श्रोमणी गुरुद्वारा प्रबंधक कमेटी के प्रचारक हैं, सतगुरों की बड़ी महान कृपा है, बहुत प्यार बख्शिश करते हैं इन्हां निमाणे सेवकों, उन्हां दा भी उन्होंने भी जी कहिंदा हाँ हार्दिक धन्यवाद करता हाँ। आओ मन बिरकी कागर करिए
सतगुरु जी की पावन बाणी का आनंद आप जी बख्शिश प्राप्त करो जी। बेनती करते हैं सतगुरु की रहमत द्वारा जो शब्द कीर्तन नाम सेवन सत्संग वालों आप गुरु के प्यारियां सारिया संगतों के सहयोग द्वारा वक्त वक्त गुरु अस्थान के प्रबंधक कमेटियां के हार्दिक सहयोग द्वारा दफ्तर श्री दरबार साहब जी के प्यार प्यार सहयोग द्वारा ये जो गुरमत समागम चल रहे हैं कल के जो समागम हैं सतगुरु जी की कृपा द्वारा गुरुद्वारा तपो स्थान डेरा संत बाबा भूरी वाले तपोवन स्थान तरन तारण रोड विखे उस स्थान पर कल के गुरमत समागम सजाए जाएंगे जिन्हें भी सत्कारयोग पंथ की मायानाज हस्ती सिंह साहब ज्ञानी जगतार सिंह जी मुख्य ग्रंथी सचखंड श्री हरिमंदर साहब जी वह गुरमत विचारों की सांझ पाएंगे। भाई साहब भाई सतनाम सिंह जी कोहाड़का हजूरी रागी सचखंड श्री हरिमंदर साहब जी और उन्होंने नाल भाई अंतरप्रीत सिंह जी बीबी कौलां जी भलाई केंद्र वाले भाई साहब भाई सुरेंद्र पाल सिंह जी डैमगंज वाले ये सारे समागम में कीर्तन की द्वार हाजिर भरदा आप संगतों की दीदार करेंगे। आओ प्यार सहित रब्बी बाणी अमृत भी बाणी के कीर्तन का आनंद गुरु घर तो वरसाए सत्कारयोग भाई साहब भाई मनिंदर सिंह जी से बेनती करूँगा जी 30 मिनट वास्ते आप संगतों की दीदार करते हैं शब्द गुरबाणी कीर्तन द्वारा निहाल करेंगे। प्यार सहित भाई साहब भाई मनिंदर सिंह जी हजूरी रागी सचखंड श्री हरिमंदर साहब जी रचना तो अमृतमयी बाणी के कीर्तन का आनंद प्राप्त करो जी। वाहेगुरु जी का खालसा वाहेगुरु जी की फतेह। हे सरन जो
हर हर संदेह
Thank you.
एक कथा एक के हम Oh.
हर दर सुनते हो निहारी, तुम मेरा सतगुरों के पावन चरणों में जुड़ बैठ करके बड़े लंबे समय तो हाजरियां भर के अपने जीवन में सफला कर रही संगत जी, तकरीबन 5-7 मिनट का समा होर 10 मिनट का समा होर है कीर्तन का। सारी संगत को बेनती है कि जिथे शरीर करके जुड़े हो मन में भी एकागर करो, क्योंकि हाजरी जिहड़ी है ना, मैं अक्सर बेनती करदा, शरीर की हाजरी जिहड़ी संपूर्ण नहीं है, शरीर के नाल नाल मन ते जिन्ना चिर रसना हाजर ना रवे हाजरी संपूर्ण नहीं है। सारे प्यार नाल आखो वाहिगुरु 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 वाहिगुरु। मन नूं ते रसना नूं हाजर रखियो, इस पावन शब्द नाल जुड़ के असी सारे अपनी अपनी अरदास बेनती सतगुरां दे पावन चरणां विच करिए। सारे प्यार नाल कृपा करो जी। सब जोत तेरे जग जीवना, तू कट कट तू हर रंग रंगना, सब जोत तेरे जग जीवना, गुरु जी सब जोत तेरी जग जीवना, हर रंग रंगना, हर रंग रंगना, सब त्याग है तुझ मेरे प्रीतवा, तू सत सत
दाता सब जगत भिखारिया हर जाते सब मंग मंगना एक दाता सब जगत भिखारिया हर जाते सब मंग मंगना एक दाता सब जगत भिखारिया हर जाते सब मंग सब कहो मुखो
जित पावे सब पल पल ना सब त्यावे तुझ मेरे प्रीत तू सत सत तुरु निरंजना सब त्यावे तुझ मेरे प्रीत तू सत सत शुक्र है धन सतगुरु श्री गुरु ग्रंथ साहिब जी का चरण कमलों में जुड़ के असी सारे ने रल के हाजरी लगवाई है कीर्तन करदिया हुई बेअंत फुलों नूं बख्श लेना सारी संगत का धन सतगुरु श्री गुरु ग्रंथ साहिब जी का।